ਸੱਚੀ ਗੱਲ ਜੀ ਬਹੁਤ ਔਖਾ ਹੁੰਦਾ ਕੁੜੀਆਂ ਦਾ ਇਕੱਲੇ ਘਰੋਂ ਨਿਕਲ ਕੇ ਕੰਮ ਤੇ ਜਾਣਾ ਔਰ ਕਿੱਡੇ ਜਿਗਰੇ ਵਾਲੇ ਹੁੰਦੇ ਆ ਮਾਪਿਓ ਜਿਹੜੇ ਆਪਦੀਆਂ ਧੀਆਂ ਨੂੰ ਇਕੱਲੇ ਘਰੋਂ ਤੋਰ ਦਿੰਦੇ ਸੋ ਅੱਜ ਡਾਟਰਸ ਡੇ ਤੇ ਅਸੀਂ ਗੱਲ ਕਰਾਂਗੇ ਸਾਡੇ ਸ਼ੋ ਚ ਆਈਆਂ ਉਹਨਾਂ ਤਿੰਨ ਕੁੜੀਆਂ ਬਾਰੇ ਜਿਨ੍ਹਾਂ ਨੇ ਆਪਣੇ ਮਾਪਿਆਂ ਨੂੰ ਪ੍ਰਾਊਡ ਫੀਲ ਕਰਾਇਆ ਤੋਂ ਪਹਿਲੀ ਇਹ ਤਾਨਿਆ ਜਿਨ੍ਹਾਂ ਨੇ ਆਪਦੇ ਸੁਪਨੇ ਨੂੰ ਹੱਥ ਪਾਉਣ ਤੋਂ ਪਹਿਲਾਂ ਆਪਦੀ ਮਾਂ ਦੇ ਸੁਪਨੇ ਪੂਰੇ ਕੀਤੇ ਪੜਾਈ ਕੀਤੀ ਸਟੂਡੈਂਟ ਵੀਜ਼ਾ ਤੇ ਕੈਨੇਡਾ ਗਈ ਉੱਥੇ ਪੀਜ਼ਾ ਸਟੋਰ ਚ ਕੰਮ ਕੀਤਾ ਤੇ ਕਿੱਡੇ ਕਮਾਲ ਵਾਲੀ ਗੱਲ ਐ ਕਿ ਸੁਫਨਾ ਫਿਲਮ ਨਾਲ ਹੀ ਉਹਦਾ ਸੁਪਨਾ ਪੂਰਾ ਹੋਇਆ ਉਸੇ ਫਿਲਮ ਚ ਉਹਦੇ ਬਚਪਨ ਦਾ ਕਿਰਦਾਰ ਮੇਰੀ ਧੀ ਨੇ ਨਿਭਾਇਆ ਤੇ ਮੈਨੂੰ ਪ੍ਰਾਊਡ ਫੀਲ ਕਰਾਇਆ ਐਸ ਹਫਤੇ ਉਹਦਾ ਜਨਮ ਦਿਨ ਐ ਸੋ ਮੇਰੇ ਵੱਲੋਂ ਮੇਰੀ ਧੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦੂਜੀ ਸਰਗੁਣ ਮਹਿਤਾ ਉਹਨਾਂ ਦੀ ਅਦਾਕਾਰੀ ਨਾਲ ਤਾਂ ਸ਼ਾਇਦ ਸਾਰੇ ਵਾਕਿਫ ਐ ਪਰ ਉਹ ਕਿੰਨੇ ਕਮਾਲ ਦੇ ਬਿਜ਼ਨਸ ਵੂਮਨ ਐ ਬਹੁਤ ਘੱਟ ਜਾਣਦੇ ਆ ਸਾਡੀ ਇੰਡਸਟਰੀ ਦੇ ਟਾਪ ਦੇ ਪ੍ਰੋਡਕਸ਼ਨ ਹਾਊਸਾਂ ਚੋਂ ਇੱਕ ਸਰਗੁਨ ਮਹਿਤਾ ਦਾ ਐ ਇੱਕ ਫਿਲਮ ਨੂੰ ਬਜਟ ਕਿਵੇਂ ਬਣਾਉਣਾ ਐ ਇੱਕ ਫਿਲਮ ਨੂੰ ਪ੍ਰਮੋਟ ਕਿਵੇਂ ਕਰਨਾ ਐ ਸਰਗੁਨ ਤੋਂ ਬਿਹਤਰ ਮੈਨੂੰ ਲੱਗਦਾ ਸਾਡੀ ਇੰਡਸਟਰੀ ਚ ਕੋਈ ਨਹੀਂ ਜਾਣਦਾ ਔਰ ਤੀਜੀ ਐ ਨੀਰੂ ਬਾਜਵਾ ਜੋ ਕੈਨੇਡਾ ਤੋਂ ਆਪਣੇ ਫਾਦਰ ਨੂੰ ਇਹ ਕਹਿ ਕੇ ਚੱਲੀ ਸੀ ਕਿ ਮੈਂ ਇੱਕ ਦਿਨ ਤੁਹਾਨੂੰ ਪ੍ਰਾਊਡ ਫੀਲ ਕਰਾਉਂਗੀ ਮੈਂ ਇੱਕ ਮੁੰਡਾ ਐ ਤੇ ਮੈਨੂੰ ਪਤਾ ਐ ਕਿ ਬੰਬੇ ਵਰਗੇ ਸ਼ਹਿਰ ਚ ਜਾ ਕੇ ਆਪਣੀ ਲੜਾਈ ਲੜਨੀ ਬਹੁਤ ਔਖੀ ਐ ਪਰ ਉਸ ਕੁੜੀ ਨੇ ਆਪਣੇ ਹਿੱਸੇ ਦੀ ਲੜਾਈ ਲੜੀ ਤੇ ਆਪਣੀ ਕਿਸਮਤ ਦੇ ਤਾਰੇ ਤੋੜ ਕੇ ਆਪਦੇ ਪਿਓ ਦੀ ਝੋਲੀ ਚ ਪਾਤੇ ਤੇ ਅੱਜ ਵੀ ਉਹਨਾਂ ਦੇ ਨਾਮ ਪਿੱਛੇ ਬਾਜਵਾ ਉਹਨਾਂ ਦੇ ਫਾਦਰ ਨੂੰ ਪ੍ਰਾਊਡ ਫੀਲ ਕਰਾਉਂਦਾ ਜਿਮਨੀ ਪ੍ਰੈਜ਼ੈਂਟਸ ਦਾ ਜਗਦੀਪ ਸਿੱਧੂ ਸ਼ੋਅ ਅੱਜ ਡਾਟਰਸ ਡੇ ਤੇ ਅਸੀਂ ਗੱਲ ਕਰਾਂਗੇ ਸਾਡੀ ਇੰਡਸਟਰੀ ਦੀਆਂ ਤਿੰਨ ਕੁੜੀਆਂ ਨੀਰੂ ਬਾਜਵਾ ਸਰਗੁਣ ਮਹਿਤਾ ਤੇ ਤਾਨਿਆ ਬਾਰੇ thank you <laughs> pehle te thank you for this wonderful introduction and mainu hairani hai vi main hamesha mic te chidkai suniyan si <laughs> and ajj enni sony introduction dassi ditti thank you for having me here today tusi <laughs> kare kyunki canada ho utthe kalle bombay auna apni family nu dassna reha ki main is line ch kaam karna hai aur fir kalle bombay auna thonu allow karna mere father matlab kafi progressive ne unhone hamesha hi mainu like um, ਯੂ نو ਐਸ ਅ ਸਾਨੀ ਦੇਖਿਆ ਅਮ ਤੇ ਉਹਨੇ ਮੈਨੂੰ ਕਾਫੀ ਇਨਕਰੇਜਮੈਂਟ ਦਿੱਤੀ ਮੈਂ ਮਿਸ ਇੰਡੀਆ ਪੈਜੈਂਟ ਵੀ ਕੀਤਾ ਤਾਂ ਕਿ ਮੈਨੂੰ ਟਿਕਟ ਮਿਲ ਜਾਵੇ ਪਰ ਆਬਵੀਅਸਲੀ ਇੱਕ ਵਰਕਿੰਗ ਕਲਾਸ ਫੈਮਿਲੀ ਅਮ ਯੂ نو ਇੰਡੀਆ ਨਾਲ ਕੋਈ ਮਜ਼ਾਕ ਨਹੀਂ ਬੰਬੇ ਰਹਿਣਾ ਵੀ ਉੱਥੇ ਕਾਫੀ ਪੈਸਿਆਂ ਦੀ ਲੋੜ ਪੈਂਦੀ ਆ ਸੋ ਐਂਡ ਮੈਨੂੰ ਪਤਾ ਸੀ ਕਿ ਇਟਸ ਲਾਈਕ ਇਟਸ ਲਾਈਕ ਕਿਵੇਂ ਭੇਜਣਗੇ ਮੈਨੂੰ ਲਾਈਕ ਯੂ نو ਕਿਵੇਂ ਪੈਸੇ ਦੇਣਗੇ ਮੈਨੂੰ ਉੱਥੇ ਉੱਥੇ ਰਹਿਣ ਲਈ सो so डैडी आए मैंने उन्होंने कहा कि हजे एक सैकेंड रुक जाओ पानी पी लैन दो उन्होंने चाह पी लैन दो मैं थोड़ा मस्का मार दैन <laughs> पूछने ओ oh, आए मैं पानी आ, की खाऊंगी डैड इज लाइक की चाहिए मैं <laughs> like, like, बॉम्बे जाना मैं तो फ्री भाई से मैं बॉम्बे <laughs> जाना प्लीज़ मैं बॉम्बे भेज दो मेरा इतने कुछ नहीं बनना मैं कॉलेज नहीं जाना स्टडी नहीं करनी कुछ नहीं करना मेरे इतने मेरा इतने बिल्कुल मन नहीं लगता एंड वो um, बस उठ के आपके रूम से चले गए तो आए आए पै गए सी फिर मैं हॉलिक दिन दरवाज़ा खोलिया एंड मैं बस इतना सैर रखिया एंड आज सर प्लीज़ प्लीज़ जान दो ही सर ठीक है जा एक सर पर प्लीज़ योजा कोई काम ना करी जिद ना मैंने शर्म या फिर यू नो सो आई ना मैंने कोई कवे भी देख कुी बॉम्बे भेज के तू किता मेरी इज्जत रख ली आई सर आई प्राउड एह जहां कोई काम नहीं करूँगी आई मेक यू प्राउड एंड सो ਅੰਗਾਈ ਮम्मी ਤੇ ਮੰਮੀ ਵੀ ਨਾਲ ਗਈ ਮੇਰੇ ਸੋ 1 ਸਾਲ ਮੇਰੇ ਨਾਲ ਰਹਿ ਤੇ ਜਦੋਂ ਮੈਂ ਅਸਥਿਤਵ ਅੱਜ ਕੰਮ ਕਰਨ ਲੱਗਾ ਉਹ ਮਿਲ ਗਿਆ ਸੀ ਮੈਨੂੰ ਫਿਰ ਮੈਨੂੰ ਥੋੜੇ ਬਹੁਤ ਪੈਸੇ ਵੀ ਮਿਲ ਕੇ ਸੀ ਸੋ ਆਈ ਸੈਡ ਹੁਣ ਮੈਂ ਆਪ ਦਾ ਖਰਚਾ ਆਪ ਸੰ ਕਰ ਸਕਦੀ ਹਾਂ ਤੁਸੀਂ ਜਾਓ ਤੇ ਜਦੋਂ ਮੰਮੀ ਚਲੇ ਗਈ ਉਹਦੀ ਉਹਨੇ ਦੀ ਨਾ ਸਲਵਾਰ ਪੇ ਸੀ ਉਹ ਰਹਿ ਗਈ ਸੀ ਮੈਂ ਉਹਨੂੰ ਉਹਨੂੰ ਅਈ ਗਲੇ ਲਾ ਕੇ ਇੰਨਾ ਰੋਏ ਨਾ ਆਈਜ਼ ਲਾਈਕ ਬਟ ਇਟ ਵਾਸ ਅ ਬਿਊਟੀਫੁਲ ਐਕਸਪੀਰੀਅੰਸ ਸੋ ਉੱਥੇ ਸ਼ੁਰੂ ਹੋਈ ਸੋ ਜਿਵੇਂ ਇਸ ਕਹਾਣੀ ਤੋਂ ਪਤਾ ਲੱਗਦਾ ਤਾਂ ਨੇ ਕਿ ਤੁਹਾਡੇ ਮਦਰ ਚਾਹੁੰਦੇ ਸੀ ਕਿ ਤੁਸੀਂ ਸਟੱਡੀ ਵਿੱਚ ਕੁਝ ਕਰੋ ਪੜ੍ਹ ਲਿਖ ਕੇ ਕੋਈ ਉਸ ਤਰੀਕੇ ਦੀ ਜੌਬ ਲਵੋ ਸੋ ਆਪਣੇ ਆਪ ਨੂੰ ਕਦੋਂ ਅਹਿਸਾਸ ਹੋਇਆ ਸੀ ਜਾਂ ਕਦੋਂ ਤੁਸੀਂ ਉਹ ਸੁਪਨਾ ਦੇਖਿਆ ਸੀ ਵੀ ਆਰ ਮੈਂ ਐਕਟਰ ਬਣਨਾ ਚਾਹੁੰਦੀ ਹਾਂ ਮੈਂ ਨਾ ਐਨੀਕ ਜੀ ਸੀ ਪੰਜ 6 ਸਾਲ ਦੀ ਹੂੰਗੀ ਸੋ ਮੇਰੇ ਵਾਲ ਕਟਾ ਦਿੰਦੇ ਸੀ ਹਮੇਸ਼ਾ ਜਿਵੇਂ ਮੇਰੇ ਕਿਸਮਤ ਟੂਚ ਸੀ ਉਹ ਮੇਰਾ origignal ਲੁੱਕ ਰੱਖਦੇ ਸੀ बिकॉज़ ਮੰਮੀ ਕੋ ਮੰਮੀ ਵਾਸਟਡਿੰਗ ਬਾਈ ਹਰਸੈਲਫ ਤੇ ਉਹਨਾਂ ਕੋਲ ਨਾ ਟਾਈਮ ਨਹੀਂ ਹੁੰਦਾ ਸੀ ਵੀ ਮੇਰੇ ਵਾਲ ਬਣਾ ਤੇ ਮੈਨੂੰ ਉਦੋਂ ਇੰਨਾ ਪਤਾ ਸੀ ਵੀ ਮੈਂ ਜਿਨ੍ਹਾਂ ਨੂੰ ਵੀ ਫਿਲਮਾਂ 'ਚ ਵੇਖਿਆ ਉਹਨਾਂ ਦੇ ਵਾਲ ਲੰਬੇ ਐ ਐ ਦਾ ਮਤਲਬ ਫਿਲਮਾਂ ਵਾਲੇ ਲੰਬੇ ਵਾਲਾਂ ਵਾਲੀਆਂ ਕੁੜੀਆਂ ਲੈਂਦੇ ਮੈਂ ਤੇਲ ਲਵਾ ਕੇ ਲੰਬੇ ਕਰਨਿਆਂ ਨੇ ਕਟਾ ਦੇਨੇ ਉਦੋਂ ਮੈਂ ਕਹਾਂ ਕੋਈ ਨੀ ਕਟਾਲੋ ਮੇਰੇ ਵਾਲ ਜਿਸ ਦਿਨ ਮੈਂ ਹੀਰੋਇਨ ਬਣੂੰਗੀ ਉਸ ਦਿਨ ਤੇ ਮੈਨੂੰ ਵੱਡੇ ਵਾਲ ਰੱਖਣ ਨੂੰ ਮਿਲਣਗੇ ਤੇ ਉਦੋਂ ਮੈਨੂੰ ਲੱਗਦਾ ਸੀ ਵੀ ਮੈਂ ਫਿਲਮਾਂ ਹੀ ਕਰੂੰਗੀ ਪਰ बिकॉज़ ਉਹ ਟਾਈਮ ਨਹੀਂ ਸੀ ਐਵੇਂ ਦਾ ਵੀ ਮੈਂ ਕਹਿ ਸਕਦੀ ਕਿਸੇ ਨੂੰ ਉਦੋਂ ਤੇ ਵੈਸੇ ਵੀ ਤੁਸੀਂ ਕਹਿ ਲੋ ਮੈਨੇ ਐਸਟਰੋਨੌਟ ਬੰਨਣਾ ਹੈ ਮੈਨੇ ਇਹ ਬੰਨਣਾ ਹੈ ਘਰ ਦੇ ਕਿਹੜਾ ਸੀਰੀਅਸ ਲੈਂਦੇ ਉਹ ਕਹਿੰਦੇ 12th ਚ ਜਾ ਕੇ ਵੇਖਾਂਗੇ ਪਰ ਮੈਨੂੰ ਡੀਪ ਇਨ ਮੈਨੂੰ ਪਤਾ ਸੀ ਵੀ ਮੈਂ ਐਕਟਰ ਹੀ ਬੰਨਾ ਹਾਂ ਸੋ ਉਹ ਤੋਂ ਦੀ ਜਰਨੀ ਹੈ ਉਦੋਂ ਬਸ ਇੰਨਾ ਪਤਾ ਸੀ ਵੀ ਵਾਲ ਲੰਬੇ ਹੋਣੇ ਚਾਹੀਦੇ ਆ ਤੇ ਸੋਹਣੇ ਹੋਣਾ ਚਾਹੀਦਾ ਸ਼ੀਸ਼ੇ 'ਚ ਮੈਨੂੰ ਮੈਂ ਬਹੁਤ ਸੋਹਣੀ ਲੱਗਦੇ ਸੀ पर हौली हौली पता लग भी, भी चाहिए है, भी आना चाहिए है ये भी आना चाहिए वो भी आना चाहिए मैं अपने अंदर उदो शुरू करती doctor, course, पर मैं कि लगता है तेन इत आ सारे गलत ਬਾਰ ਘਰਤੀ ਤਈ ਤੈਨੂੰ ਤਾਂ ਪਤਾ ਹੀ ਹੈ ਮੈਨੂੰ ਤਾਂ ਸੁਣਦਾ ਹੀ ਨਹੀਂ ਸੀ ਕਿ ਗਲਤ ਹੋ ਗਿਆ ਮੈਨੂੰ ਤਾਂ ਅੱਜ ਪਤਾ ਲੱਗਿਆ ਕਿ ਕਿਸੇ ਨੇ ਆਪ ਹੀ ਕਿਹਾ ਕਿ ਗਲਤ ਹੋ ਗਿਆ ਮੈਨੂੰ ਤਾਂ ਜੈਨੂਇਨਲੀ ਨਹੀਂ ਪਤਾ ਸੀ ਨਾ ਮੈਨੂੰ ਸਿਰਫ ਮੈਨੂੰ ਪਹਿਲੇ ਸਟੈਪ ਤੇ ਪਤਾ ਸੀ ਜਦੋਂ ਮੈਂ ਪਹਿਲੀ ਫਿਲਮ ਸਾਈਨ ਕੀਤੀ ਤਾਂ ਮੈਨੂੰ ਬੰਬੇ ਚ ਵੀ ਸਾਰਿਆਂ ਨੇ ਕਿਹਾ ਕਿ ਗਲਤ ਹੋ ਗਿਆ ਤੇ ਮੈਂ ਕੁਝ ਪ੍ਰੋਜੈਕਟਸ ਵੀ ਲੂਜ਼ ਕੀਤੇ ਉਸ ਟਾਈਮ ਤੇ ਜਿਹੜੇ ਮੈਂ ਸਾਈਨ ਕੀਤੇ ਸੀ ਕਿਉਂਕਿ ਸਾਰਿਆਂ ਨੂੰ ਲੱਗਿਆ ਕਿ ਯਾਰ ਆ ਤਾਂ ਜਮਾ ਹੀ ਮਤਲਬ ਕਿੱਥੇ ਚਲੀ ਗਈ ਉੱਥੇ ਤਾਂ ਕੁਝ ਹੋਣਾ ਹੀ ਨਹੀਂ ਉੱਥੇ ਉੱਥੇ ਤਾਂ ਉਹਨਾਂ ਦੇ ਲੋਕੀ ਫਿਲਮ ਨਹੀਂ ਦੇ ਦੇ ਆ ਉਧਰ ਹੋਰ ਤੁਰਗੀ ਸੋ ਮੈਂ ਕਾਫੀ ਕੁਝ ਲੂਜ਼ ਕੀਤਾ ਉਸ ਟਾਈਮ ਤੇ ਮੈਂ ਟੀਵੀਜ਼ਨ ਚ ਕਮਾ ਵੀ ਬਹੁਤ ਵਧੀਆ ਰਹੀ ਸੀ ਉਹਦੇ ਤੋਂ ਤਾਂ 1/10 ਤੇ ਆ ਗਈ ਇੱਧਰ ਆ ਕੇ ਮੈਨ ਲੱਗਿਆ ਕਿ ਪੈਸੇ ਵੀ ਚੱਲੇਗੇ ਨਾਲੇ ਤਾਂ ਅਜੇ ਫਿਲਮ ਵੀ ਰਿਲੀਜ਼ ਨਹੀਂ ਹੋਈ ਕੁਝ ਪਤਾ ਵੀ ਨਹੀਂ ਸੀ ਸੋ ਸਿਰਫ ਉਦੋਂ ਲੱਗਿਆ ਉਹਦੇ ਬਾਅਦ ਤਾਂ ਮੈਨੂੰ ਕਿਸੇ ਦੀ ਆਵਾਜ਼ ਨਹੀਂ ਆਈ ਮੈਂ ਗਾਲੀ ਨਹੀਂ ਕੀਤੀ ਪਰ ਜਿਹੜੀ ਅੰਗਰੇਜ਼ ਫਿਲਮ ਮੈਂ ਉਹਦਾ ਕਿਵੇਂ ਸਬਬ ਬਣਿਆ ਤੂੰ ਕਿਵੇਂ ਡਿਸਾਈਡ ਕੀਤਾ ਕਿਉਂਕਿ ਟੀਵੀ ਚ ਐਨਾ ਵਧੀਆ ਕੈਰੀਅਰ ਚੱਲ ਰਿਹਾ ਸੀਗਾ ਐਕਚੁਅਲੀ ਥਿਸ ਇਜ਼ ਲਾਈਫ ਕਮਿੰਗ ਬੈਕ ਟੁਗੇਦਰ ਮੈਂ ਚੰਡੀਗੜ੍ਹ ਆਈ ਹੋਈ ਸੀ ਮੇਰੀ ਨਾਨੀ ਨੇ ਕਿਹਾ ਕਿ ਪੰਜਾਬੀ ਫਿਲਮ ਲੱਗੀ ਹੈ ਮੈਂ ਕਿਹਾ ਆ ਵੀ ਕੋਈ ਦੇਖਣ ਜਾਂਦਾ ਹੈ ਕਹਿੰਦੀ ਨਹੀਂ ਮੈਂ ਸੁਣਿਆ ਬਹੁਤ ਵਧੀਆ ਚੱਲਦੇ ਆ ਸੈਟਰਡੇ ਮੈਂ ਸਵੇਰੇ ਟਿਕਟ ਲੈਣ ਗਈ ਪੰਚਕੁਲਾ ਦਾ ਥੀਏਟਰ ਸੀ ਤੇ ਮੈਨੂੰ ਵੈਡnesਡੇ ਦੀ ਮਿਲੀ ਕਹਿੰਦੇ ਹਾਊਸਫੁੱਲ ਆ ਮੈਂ ਕਿਹਾ ਕੀ ਚੀਜ਼ ਹੈ ਜਿਹੜੀ ਹਾਊਸਫੁੱਲ ਚੱਲ ਰਹੀ ਆ ਨੀਰੂ ਮੈਮ ਦੀ ਐਂਟਰੀ ਹੋਈ ਤੇ ਪੂਰੇ ਹਾਲ ਚ ਸੀਟੀਆਂ ਵੱਜੀਆਂ ਜਦੋਂ ਮੈਂ ਉਸ ਹਾਲ ਚ ਨਿਕਲੀ ਮੈਂ ਕਿਹਾ ਆ ਵਾਂਟ ਟੂ ਡੂ ਥਿਸ ਮੈਂ ਆਹੀ ਕਰਨਾ ਮੈਨੂੰ ਆ ਵੀ ਨਹੀਂ ਪਤਾ ਕਿ ਆ ਕਿੱਥੇ ਜਾਊਗਾ ਕਿਵੇਂ ਹੋਊਗਾ ਕੌਣ ਮੈਨੂੰ ਬੁਲਾਊਗਾ ਕੁਝ ਵੀ ਨਹੀਂ ਪਤਾ ਮੈਂ ਦਿਨ ਰਾਤ ਰੱਬ ਨੂੰ ਆ ਕੇ ਕਿ ਮੈਂ ਹੁਣ ਆ ਕਰਨਾ ਮੈਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਸੀ ਮੈਂ ਜਿੰਨੀਆਂ ਪੰਜਾਬੀ ਫਿਲਮਾਂ ਅਵੇਲੇਬਲ ਸੀ ਤੇ ਮੈਂ ਪੂਰਾ ਦਿਨ ਬੈਠ ਕੇ ਪੰਜਾਬੀ ਫਿਲਮਾਂ ਦੇਖਦੀ ਸੀ ਮੇਰਾ ਕੋ-ਐਕਟਰ ਸੀ ਸ਼ਸ਼ਾਂਕ ਕਹਿੰਦਾ ਤੂੰ ਕੀ ਕਰ ਰਹੀ ਹੈ ਮੈਂ ਲੰਚ ਲਈ ਆਉਂਦਾ ਪਿੱਛੇ ਚੱਲ ਰਹੀ ਹੈ ਉਵੇਂ ਆਉਂਦਾ ਪਿੱਛੇ ਮੈਂ ਕਿਹਾ ਮੈਂ ਆ ਪੰਜਾਬੀ ਫਿਲਮਾਂ ਕਰਨੀ ਕਹਿੰਦਾ ਡਿਸੰਬਰ ਚ ਮੇਰਾ ਰੀਨਿਊ ਹੋਣਾ ਸੀ ਕੰਟਰੈਕਟ ਮੈਨੂੰ ਚੈਨਲ ਨੇ ਬੁਲਾਇਆ ਮੈਂ ਕਿਹਾ ਆਈ ਡੋਨਟ ਵਾਂਟ ਟੂ ਡੂ ਇਟ ਕਹਿੰਦੇ ਡਬਲ ਪੈਸੇ ਮੈਂ ਕਿਹਾ ਡੋਨਟ ਵਾਂਟ ਟੂ ਡੂ ਇਟ ਕਹਿੰਦੇ ਕਿਉਂ ਮੈਂ ਕਿਹਾ ਮੈਂ ਪੰਜਾਬੀ ਫਿਲਮ ਕਰ ਰਹੀ ਹਾਂ ਕਹਿੰਦੇ ਕਿਹੜੀ ਸਰ ਆਈ ਡੋਨਟ ਨੋ ਕੰਮ ਕਾਜ ਛੱਡ ਕੇ ਚੱਲਦਾ ਹੈ ਕੰਮ ਕਾਜ ਛੱਡ ਕੇ ਕਰ ਬੈਗੀ 14 ਫਰਵਰੀ ਨੂੰ ਮੈਂ ਰੋਡ ਕ੍ਰੋਸ ਕਰ ਰਹੀ ਸੀ ਵਰਸੋਵਾ ਚ ਆਪਣੀ ਮਾਸੀ ਨਾਲ ਤੇ ਮੈਨੂੰ ਅੰਬਰ ਦਾ ਫੋਨ ਆਇਆ ਤੇ ਅੰਬਰ ਦੇ ਨਾਲ ਮੈਂ ਕੰਮ ਕਰ ਚੁੱਕੀ ਹਾਂ ਕਾਮੇਡੀ ਸਰਕਸ ਚ ਪਰ ਉਹਦੇ ਬਾਅਦ ਸਾਡੀ ਕਦੇ ਕੋਈ ਗੱਲ ਹੀ ਨਹੀਂ ਹੋਈ ਮਤਲਬ ਦੋ ਚਾਰ ਉਹਨੇ ਮੇਰੇ ਉਹਨੇ ਮੇਰੇ ਲਈ ਤਾਂ ਕਦੇ ਲਿਖਿਆ ਵੀ ਨਹੀਂ ਸੀ ਕਿਉਂਕਿ ਮੈਂ ਕਪਿਲ ਦੀ ਪਾਰਟਨਰ ਸੀ ਉਹ ਕਪਿਲ ਲਈ ਨਹੀਂ ਲਿਖਦਾ ਸੀ ਸੋ ਉਹਦਾ ਫੋਨ ਆ ਮੈਂ ਕਿਹਾ ਹਾਂਜੀ ਤੁਸੀਂ ਕਿਵੇਂ ਫੋਨ ਕਰ ਲਿਆ ਕਹਿੰਦਾ ਮੈਂ ਇੱਕ ਪੰਜਾਬੀ ਫਿਲਮ ਕਰ ਰਿਆਂ ਕਰਾਂਗੇ ਮੈਂ ਕਿਹਾ ਹੈ ਇੱਕ ਫਿਲਮਾ ਗਰੇਜ ਆ ਕਰਕੇ ਮੈਂ ਕਿਹਾ ਹੀਰੋ ਕੌਣ ਆ ਕਹਿੰਦਾ ਅਮਰਿੰਦਰ ਗਿੱਲ ਮੈਨੂੰ ਤਾਂ ਲੱਗਿਆ ਮੈਂ ਵਿੱਚ ਸੜਕ ਦੇ ਰੁੱਕ ਕੇ ਮੈਂ ਕਿਹਾ ਸੋ ਤੋਂ ਮੈਨੂੰ ਕਹਿ ਰਿਹਾ ਕਿ ਮੈਂ ਫਿਲਮ ਕਰ ਲਾਂ ਕਹਿੰਦਾ ਹਾਂ ਕਰਾਂਗੇ ਮੈਂ ਕਿਹਾ ਕਰ ਤਾਂ ਲਉਂਗੀ ਫਿਲਮ ਕਿਹਾ ਕਹਿੰਦਾ ਤੇ ਇੱਕ ਦੋ ਕੁੜੀਆਂ ਨੇ ਮੈਂ ਉਹ ਤੋਂ ਅੱਗੇ ਕੁਝ ਪੁੱਛਿਆ ਨਹੀਂ ਮੈਂ ਕਿਹਾ ਕਹਿੰਦਾ ਇੱਕ ਦਾ ਕੰਮ ਸ਼ੁਰੂ ਤੋਂ ਹੈ ਇੱਕ ਦਾ ਕੰਮ ਥੋੜੇ ਬਾਅਦ ਚਾਹੁੰਦਾ ਮੈਂ ਕਿਹਾ ਹੀਰੋ ਕਿਨੂੰ ਮਿਲਦਾ ਹੈ ਕਹਿੰਦਾ ਦੂਜੀ ਵਾਲੀ ਨੂੰ ਜਿਹਦਾ ਘੱਟ ਕੰਮ ਆ ਮੈਂ ਕਿਹਾ ਓਕੇ ਡਨ ਮੈਨੂੰ ਤਾਂ ਸਮਝ ਨਹੀਂ ਆਇਆ ਮੈਂ ਕਿਹਾ ਚਲੋ ਮੈਨੂੰ ਸਕ੍ਰਿਪਟ ਭੇਜ ਦਿਓ ਕਹਿੰਦੇ ਓਕੇ ਅੱਛਾ ਜਨਵਰੀ ਚ ਸਾਡੀ ਗੱਲ ਹੋਈ ਮੈਂ ਕਿਹਾ ਸ਼ੂਟ ਕਦੋਂ ਕਰਨਾ ਹੈ ਨਹੀਂ ਫ फेब्रुवारी ਚ ਗੱਲ ਹੋਈ ਕਿ ਮੈਂ ਕਿਹਾ ਸ਼ੂਟ ਕਦੋਂ ਕਰਨਾ ਹੈ ਕਹਿੰਦਾ ਬਸ ਹੁਣੇ ਹੀ ਮੈਂ ਕਿਹਾ ਹੁਣੇ ਮਤਲਬ ਅੱਛਾ ਉਹਦੇ ਬਾਅਦ ਮੈਂ ਇਹਨਾਂ ਨੂੰ ਤਾਂ ਸਕ੍ਰਿਪਟ ਮੰਗੀ ਇਹਨਾਂ ਨੂੰ ਮੈਂ ਅਗਲੇ ਦਿਨ ਫੋਨ ਕੀਤਾ ਮੈਂ ਕਿਹਾ ਮੈਨੂੰ ਸਕ੍ਰਿ ਤਾ ਅੰਬਰ ਨੇ ਉੱਥੇ ਬਾਅਦ ਚ ਮੈਨੂੰ ਦੱਸਿਆ ਅੰਬਰ ਨੇ ਕਿਹਾ ਕਿ ਮੈਂ ਨਹੀਂ ਲੈਣੀ ਕੁੜੀ ਸਕ੍ਰਿਪਟ ਮੰਗ ਰਹੀ ਆ ਅਚਕ ਕਰਦੇ ਕਰਾਉਂਦੇ ਮੈਂ 11th 12th ਮਾਰਚ ਨੂੰ ਕਪਿਲ ਦਾ ਹੀ ਸ਼ੋਅ ਸ਼ੂਟ ਕਰ ਰਹੀ ਸੀ ਜਿੱਥੇ ਤੂੰ ਮੈਨੂੰ ਪਹਿਲੀ ਵਾਰੀ ਦੇਖਿਆ ਜਿੱਥੇ ਮੈਂ ਸਾਲੀ ਬਣੀ ਸੀ ਕਪਿਲ ਦਾ ਵਿਆਹ ਦਾ ਉਹੀ ਸ਼ੂਟ ਚੱਲ ਰਿਹਾ ਸੀ ਮੇਰਾ ਸੋ ਮੈਨੂੰ ਇਹਨਾਂ ਦੀ ਸਕ੍ਰਿਪਟ ਆ ਗਈ 11 12 ਮਾਰਚ ਸੀ ਹੈਨਾ ਮੈਂ ਆਪਣਾ ਸਕ੍ਰਿਪਟ ਪੜ੍ਹਦੀ ਸੀ ਵੈਨਿਟੀ ਦੇ ਬਾਹਰ ਬੈਠੀ ਮੈਂ ਸਕ੍ਰਿਪਟ ਪੜ੍ਹਨ ਲੱਗੀ ਉੱਥੇ ਇੱਕ ਹੋਰ ਰਾਈਟਰ ਮਨੋਜ ਕਹਿੰਦਾ ਕੀ ਪੜ ਰਹੀ ਐ ਮੈਂ ਕਿਹਾ ਇੱਕ ਮੇਰੇ ਕੋਲ ਫਿਲਮ ਦੀ ਸਕ੍ਰਿਪਟ ਆਈ ਐ ਅੰਗਰੇਜ਼ ਕਹਿੰਦਾ ਬੋ ਕਹੈਂਡ ਸਕ੍ਰਿਪਟ ਆ ਕਹਿੰਦਾ ਆ ਐ ਉਹ ਆ ਕਰ ਲਾ ਮੈਂ ਕਿਹਾ ਇੰਨੀ ਵਧੀਆ ਮੈਂ ਕਿਹਾ ਮੈਂ ਤਾਂ ਇਹਨਾਂ ਲੁੱਕਾ ਦੇ ਬਾਰੇ ਕੁਝ ਪਤਾ ਹੀ ਨਹੀਂ ਕਹਿੰਦਾ ਨਾ ਇੰਨੀ ਬਹੁਤ ਵਧੀਆ ਕਰ ਲਾ ਮੈਂ ਕਿਹਾ ਅੱਛਾ ਮੈਂ ਕਿਹਾ ਓਕੇ ਅਜਾ ਫਿਰ ਉਹਦੇ ਬਾਅਦ ਰਾਤ ਨੂੰ ਮੈਂ ਕਿਤੇ ਕਾਫੀ ਲਈ ਗਈ ਮੈਂ ਕੌਇਨ ਟਾਸ ਕੀਤਾ ਤਾਂ ਆ ਗਿਆ ਕਰ ਲਾ ਸੋ ਐਨਨ ਸਵੇਰੇ ਫੋਨ ਕਰਕੇ ਕਿਹਾ ਮੈਂ ਕਿਹਾ ਓਕੇ ਚਲੋ ਡਾਨਾ ਮੈਂ ਕਿ ਕਦੋਂ ਆਣਾ ਕਹਿੰਦੇ ਹੁਣੇ ਆਜੋ ਮੈਂ ਕਿ ਹੁਣੇ ਤੁਹਾਡੇ ਆਜੂਗੀ ਮੈਂ ਤੁਸੀਂ ਮੈਨੂੰ ਕੋਈ ਡੇਟ ਟਾਈਮ ਕੁਝ ਤਾਂ ਦੱਸੋ ਫਿਰ ਮੈਂ ਉਹਦੇ ਅਗਲੇ ਦਿਨ ਹੀ ਚਲੀ ਗਈ ਸੀ ਸੋ ਅੰਗਰੇਜ਼ ਮਤਲਬ ਮੈਂ ਮੰਗੀ ਜਾ ਰਹੀ ਸੀ ਉਹ ਹੋਈ ਜਾ ਰਹੀ ਸੀ ਮੈਨੂੰ ਪਤਾ ਕੁਝ ਵੀ ਨਹੀਂ ਸੀ ਫਿਰ ਤੁਸੀਂ ਫਿਲਮਾਂ ਕਰ ਰਹੇ ਹੋ ਪੰਜਾਬੀ ਇੰਡਸਟਰੀ ਚ ਵਧੀਆ ਫਿਲਮਾਂ ਹੋ ਗਈਆਂ ਕਿਸਮਤ ਹੋ ਗਈ ਲਵ ਪੰਜਾਬ ਅੰਗਰੇਜ਼ ਲਾਹੌਰੀਏ ਫਿਰ ਆਉਂਦੀ ਹੈ ਕਾਲਾ ਸ਼ਕ ਕਾਲਾ ਸੋ ਪ੍ਰੋਡਿਊਸਰ ਬਣਨ ਦਾ ਥਾਟ ਕਿਵੇਂ ਆਉਂਦਾ ਤੁਹਾਡੇ ਦਿਮਾਗ ਪਤਾ ਨਹੀਂ ਉਸ ਆ ਦੇ ਮੇਸ਼ਾ ਤੋਂ ਬਿਜ਼ਨਸ ਕਰਨਾ ਸੀ ਪਹਿਲੀ ਗੱਲ ਤਾਂ ਕਾਲਾ ਸ਼ਾ ਕਾਲਾ ਮੈਨੂੰ ਸਕ੍ਰਿਪਟ ਪਸੰਦ ਆ ਗਈ ਸੀ ਬਟ ਮੇਰੇ ਪੈਸੇ ਵਾਰੇ ਨਹੀਂ ਘਾਰੇ ਸੀ ਉਸ ਓਕੇ ਸਕ੍ਰਿਪਟ ਲਾਈਕ ਉਸ ਪ੍ਰੋਜੈਕਟ ਨੂੰ ਸੋ ਉਹਨਾਂ ਨੇ ਮੈਨੂੰ ਅੱਗੋਂ ਆਫਰ ਦਿੱਤਾ ਕਿ ਤੁਸੀਂ ਪ੍ਰੋਫਿਟ ਸ਼ੇਅਰਿੰਗ ਕਰ ਲਓ ਪੈਸੇ ਆਇਆ ਕਰ ਲਓ ਤੁਹਾਡੇ ਲਈ ਵੀ ਠੀਕ ਹੋ ਜਾਊਗਾ ਸਾਡੇ ਲਈ ਵੀ ਹੋ ਜਾਊਗਾ ਮੈਂ ਉਸ ਦਿਨ ਸਭ ਤੋਂ ਪਹਿਲਾਂ ਆਪਦੀ ਕੰਪਨੀ ਰਜਿਸਟਰ ਕੀਤੀ ਮੈਂ ਕਿਹਾ ਸਿਰਫ ਪ੍ਰੋਫਿਟ ਸ਼ੇਅਰਿੰਗ ਨਹੀਂ ਫਿਰ ਅਜ਼ਾ ਪ੍ਰੋਡਿਊਸਰ ਆਉਂਗੀ ਇਨ ਫੈਕਟ ਆਈ ਥਿੰਕ ਉਹ ਪਹਿਲਾ ਜਿਹੜਾ ਮਹੀਨਾ ਸੀ ਸਾਡਾ ਮੈਨੂੰ ਤਾਂ ਪੁੱਛਦੇ ਵੀ ਨਹੀਂ ਸੀ ਕੁਝ ਵੀ ਮੈਂ ਤਾਂ ਪ੍ਰੋਡਿਊਸਰ ਤਰਫ ਨਾ ਦੀ ਸੀ ਉਸ ਫਿਲਮ ਚ ਇਨ ਦਾ ਫਰਸਟ ਹਾਫ ਰਾਈਟ ਉਹ ਫਰਸਟ ਹਾਫ ਤੋਂ ਬਾਅਦ ਮੈਨੂੰ ਯਾਦ ਹੈ ਉਹਨਾਂ ਨੇ ਕੋਈ ਡੀਲ ਡੂਲ ਸਾਨੂੰ ਦੱਸੀ ਤੇ ਮੈਂ ਕਿਹਾ ਯਾਰ ਆ ਤਾਂ ਪੇਪਰ ਤੇ ਗਲਤ ਲੱਗ ਰਹੀ ਮੈਂ ਕਿਹਾ ਇੰਨੇ ਘੱਟ ਪੈਸੇ ਕਿਉਂ ਲੈ ਰਹੇ ਹੋ ਆ ਤਾਂ ਵਧੀਆ ਫਿਲਮ ਆ ਮੈਂ ਕਿਹਾ ਵੀ ਕੈਨ ਡੂ ਮੋਰ ਵਿਦ ਇਟ ਤਾਂ ਆ ਕਹਿੰਦੇ ਤੈਨੂੰ ਕੁਝ ਨਹੀਂ ਪਤਾ ਤੂੰ ਰੁੱਕ ਜਾ ਸਾਡੀ ਵਿੱਚ 15 ਦਿਨ ਦੀ ਬ੍ਰੀਕ ਸੀਗੀ ਸੋ ਮੈਂ ਕਿਹਾ ਨਹੀਂ ਮੈਨੂੰ ਆਫਰ ਲਾਉਣ ਲੱਗਿਆ ਮਜ਼ਾਕ ਕਰ ਰਹੀ ਆ ਮੈਂ ਤਾਂ ਕੀ ਮਜ਼ਾਕ ਕਰਨਾ ਸੀ ਮੈਂ ਘਰੇ ਚੱਲ ਗਈ ਮੈਂ ਆਪਦੇ ਸਾਰੇ ਦੋਸਤਾਂ ਨੂੰ ਫੋਨ ਕੀਤਾ ਮੈਂ ਕਿਹਾ ਪਤਾ ਕਰੋ ਕਿ ਪੰਜਾਬੀ ਫਿਲਮਾ ਮੁੰਬਈ ਚ ਕੌਣ ਕਰੂਗਾ ਤਾਂ ਫਿਰ ਮੈਨੂੰ ਕਿਸੇ ਨੇ ਕਿਹਾ ਕਿ ਜ਼ੀ ਸਟੂਡੀਓਜ਼ ਸ਼ਾਇਦ ਕਰੂਗਾ ਜ਼ੀ ਦੇ ਨਾਲ ਮੈਂ ਸ਼ੋਅ ਕੀਤਾ ਸੀ ਮੈਂ ਆਪਣੇ ਜ਼ੀ ਦੇ ਟੀਵੀ ਵਾਲੇ ਲੋਕਾਂ ਨੂੰ ਫੋਨ ਕੀਤਾ ਉਹਨਾਂ ਨੇ ਮੈਨੂੰ ਕਿਸੇ ਹੋਰ ਦੇ ਨਾਲ ਗੱਲ ਕਰਾਈ ਕਰਦੇ ਕਰਾਉਂਦੇ ਮੈਂ ਜ਼ੀ ਸਟੂਡੀਓਜ਼ ਨਾਲ ਗੱਲ ਕਰ ਹੀ ਲਈ ਮੈਂ ਕਿਹਾ ਸੀ ਅਸੀਂ ਆਇਆ ਫਿਲਮ ਬਣਾਈਆ ਕਹਿੰਦੇ ਓਕੇ ਤੁਸੀਂ ਮਿਲਣ ਆ ਜਾਓ ਆਫਿਸ 'ਚ ਮੈਂ ਗਈ ਆਪਣੇ ਮਨ ਮੁਤਾਬਕ ਉਹਨਾਂ ਨੇ ਇੱਕ ਆਫਰ ਦਿੱਤੀ ਕਿ ਅੱਛਾ ਇੰਨੇ ਦੀ ਫਿਲਮਾ ਇਹ ਤਾਂ ਇੰਨੇ ਵੱਧ ਮਿਲ ਜਾਣ ਕਿਉਂਕਿ ਜਿਹੜੀ ਆਪਾਂ ਡੀਲ ਕਰ ਰਹੇ ਸੀ ਉਹ ਤਾਂ ਫਿਲਮ ਦਾ 1/6th ਸੀ 1/6th ਵੀ ਨਹੀਂ ਹੋਣਾ 1/8th ਸੀਗਾ ਕਿ ਜੇ 10 ਰੁਪਏ ਦੀ ਫਿਲਮ ਬਣੀ ਸਾਨੂੰ ਮਿਲ 1 ਰੁਪਿਆ ਰਿਹਾ ਸੀ ਮੈਂ ਉਹਨਾਂ ਨੂੰ ਕਿਹਾ 10 ਰੁਪਏ ਦੀ ਫਿਲਮਾ ਤੁਸੀਂ ਮੈਂ 11 ਰੁਪਏ ਦੋ ਅੱਛਾ ਮੈਂ ਜਾ ਕੇ ਉੱਥੇ ਸਾਰੀ ਗੱਲਾਂ ਕਰ ਲਈਆਂ ਉਹ ਮੇਰੇ ਸਾਹਮਣੇ بیٹھا ਹੈ ਕਹਿੰਦਾ ਤੇ ਤੁਸੀਂ ਐਦਾ ਕੀ ਕਰੋਗੇ ਆ ਵੀ ਪੀ ਐਫ ਫਿਰ ਆ ਕਾਸ ਤੁਹਾਡੀ ਕਿੰਨੀ ਕੋ ਆਉਂਦੀ ਹੈ ਅੱਛਾ ਮੈਨੂੰ ਸਮਝ ਕੁਛ ਨਾ ਆਵੇ ਹੈਨਾ ਮੈਂ ਕਿਆ ਹਾਂਜੀ 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 ਮੈਂ ਥੱਲੋ ਫੋਨ ਚਲਾਇਆ ਕਿਆ ਦਸੀ ਆਪਦੇ ਉਹਨਾਂ ਨੂੰ ਵੀ ਨਹੀਂ ਪਤਾ ਹੀ ਕੈਨ ਆਈ ਪਲੀਜ਼ ਯੂਜ਼ ਦ ਵਾਸ਼ਰੂਮ ਤਦ ਮੈਂ ਵਾਸ਼ਰੂਮ ਗਈ ਮੈਂ ਗੂਗਲ ਸਰਚ ਮਾਰੀ ਮੈਂ ਕਿਆ ਹਾਂ ਲੋਕਾਂ ਨੂੰ ਤਾਂ ਕੀ ਪੁੱਛੂਗੀ ਫੋਨ ਕਰਕੇ ਅੱਛਾ ਥੋੜੀ ਬਹੁਤੀ ਨੋਲੇਜ ਲੈ ਕੇ ਮੈਂ ਸਾਹਮਣੇ ਸੁਮਣੇ ਬੈ ਗਈ ਮੈਂ ਉਹਨਾਂ ਦੇ ਨਾਲ ਡੀਲ ਉਹਨਾਂ ਨੇ ਮੈਨੂੰ ਇੱਕ ਆਫਰ ਦਿੱਤੀ ਮੈਂ ਬਾਹਰ ਆਈ ਆਦਾ ਕਹਿੰਦੇ ਕਹਿੰਦੇ ਕਮਾਲ ਹੀ ਹੋ ਗਿਆ ਕਹਿੰਦੇ ਆ ਤਾਂ ਬਹੁਤ ਗੁੱਡ ਆਫਰ ਆ ਮੈਂ ਸੈਲੀਬ੍ਰੇਟ ਜਾ ਕਰਨ ਜਾਣਗੀ ਮੈਂ ਰਵੀ ਮੈਂ ਕਿਹ ਰਵੀ ਮੈਂ ਤਾਂ ਆਫਰ ਲਿਆ ਯਾਰ ਫੈਮਲੀ ਬਹੁਤ ਵਧੀਆ ਅੱਛਾ ਉੱਥੇ ਮੈਂ ਟਿਸ਼ੂ ਫੜਿਆ ਮੈਂ ਕਿ ਅੱਛਾ ਜੇ ਫਿਲਮ ਇੰਨੇ ਚ ਬਣੀ ਇੰਨੇ ਕਮਾਏ ਇਹਨਾਂ ਨੇ ਇੰਨੇ ਕੱਟੇ ਇਹ ਸਾਡੇ ਪੱਲੇ ਕੀ ਆਇਆ ਇਹ ਸਾਡੇ ਪੱਲੇ ਤਾਂ ਕੁਝ ਪਿਆ ਹੀ ਨਹੀਂ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਕਿ ਤੁਸੀਂ ਮੈਥ ਕਰਕੇ ਦੇਖੀ ਮੈਂ ਤਾਂ ਗਲਤ ਮੈਥ ਅੱਛਾ ਫਿਰ ਮੈਂ ਦੁਬਾਰਾ ਵਾਪਸ ਗਏ ਮੈਂ ਦੁਬਾਰਾ ਰੀਨੇਗੋਸ਼ੀਏਟ ਕੀਤੀ ਡੀਲ ਤਾਂ ਸਾਨੂੰ ਪੈਸੇ ਮਿਲੇ ਪਰ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਮੈਨੂੰ ਲੱਗਿਆ ਕਿ ਹਾਂ ਯਾਰ ਮੈਗੋਸ ਠੀਕ ਕੀਤਾ। ਸੋ ਮੈਂ ਉਹ ਓਪਰਚ्युनिटी ਨੂੰ ਆਪਣੀ ਤਰਫ ਟਰਨ ਜ਼ਰੂਰ ਕੀਤਾ। ਤੁਹਾਡਾ ਕੈਰੀਅਰ ਵਧੀਆ ਚੱਲ ਰਿਹਾ ਸੀ ਤੁਸੀਂ ਫਿਲਮਾਂ ਵਧੀਆ ਕਰ ਰਹੇ ਸੀ। ਫਿਰ ਮੈਰਿਜ ਇੱਕ ਕੁੜੀ ਦੀ ਲਾਈਫ ਇੱਕ ਟਾਈਮ ਹੁੰਦਾ ਹੈ ਹਨਾ ਮੁੰਡਿਆਂ ਨੂੰ ਨਹੀਂ ਫਰਕ ਪੈਂਦਾ ਬਟ ਫੀਮੇਲ ਐਕਟਰੈਸ ਨੂੰ ਹੁੰਦਾ ਹੈ ਕਿ ਯਾਰ ਵਿਆਹ ਹੋ ਗਿਆ ਫਿਰ ਕੈਰੀਅਰ ਪਤਾ ਨਹੀਂ ਕੀ ਹੋਊਗਾ। ਸੋ ਤੁਸੀਂ ਜਦੋਂ ਉਹ ਡਿਸੀਜਨ ਲਿਆ ਤਾਂ ਤੁਸੀਂ ਕਿਤੇ ਸ਼ੋਰ ਸੀ ਕਿ ਮੈਂ ਹੁਣ ਫਿਲਮਾਂ ਨਹੀਂ ਕਰਨੀਆਂ ਜਾਂ ਆ ਨਹੀਂ ਮੈਂ ਡਿਸੀਜਨ ਨਹੀਂ ਲਿਆ ਸੀ। ਕੀ ਕਰੀਰ ਦਾ ਤਾਂ ਮੈਨੂੰ ਪਤਾ ਨਹੀਂ ਕੀ ਹੋਊਗਾ ਬਟ ਮੈਂ ਵਿਆਹ ਨਹੀਂ ਕਰਨਾ बिकॉज़ ਮੈਂ ਜਿੰਨੇ ਵੀ ਵਿਆਹ ਦੇ ਅਰਾਊਂਡ ਦੇਖੇ ਸੀ ਜਾਂ ਜਿੰਨਾ ਕੁਝ ਵੀ ਮੈਂ ਐਕਸਪੀਰੀਅੰਸ ਕੀਤਾ ਸੀ ਮੈਨੂੰ ਤਾਂ ਇਹ ਸੀ ਕਿ ਸਿੰਗਲ ਹੀ ਰਹਾਂ ਬਟ ਮੈਂ ਮਾਂ ਬਣਨਾ ਚਾਹੁੰਦੀ ਸੀ ਸੋ ਮੈਂ ਇਹ ਡਿਸੀਜਨ ਲਿਆ ਸੀ ਤੇ ਮੈਂ ਆਪਣੀ ਮੰਮੀ ਰੈਨੂ ਦੱਸ ਵੀ ਦਾ ਸੀ ਕਿ ਮੈਂ ਅਡਾਪਟ ਕਰੂੰਗੀ ਮੈਂ ਵਿਆਹ ਨਹੀਂ ਕਰਨਾ ਆਈ ਐਮ ਨਾਟ ਇੰਟਰਸਟਿਡ ਬਟ ਮੈਂ ਇੱਕ ਇੱਕ ਕੁੜੀ ਅਡਾਪਟ ਕਰੂੰਗੀ ਜ਼ਰੂਰ and ਜਦੋਂ ਮੈਂ ਉਹ ਡਿਸੀਜਨ ਲਿਆ ਮੈਂ ਵੈਂਕੂਵਰ ਪਹੁੰਚੀ ਐਂਡ ਸਮ ਹਾਉ ਰੂਬੀਨਾ ਨੇ ਮੈਨੂੰ ਟ੍ਰਿਕ ਕਰਕੇ ਉਹਨੂੰ ਨੂੰ ਵੀ ਟ੍ਰਿਕ ਉਹ ਨਾ ਉਹ ਕਦੇ ਇੰਡੀਆ ਆਈ ਸੀ ਮਤਲਬ ਮੈਨੂੰ ਮਿਲਣ ਤੋਂ ਬਾਅਦ ਹੀ ਉਹਨਾਂ ਪਹਿਲੀ ਵਾਰ ਉਹ ਇੰਡੀਆ ਹੈ ਉਹਨੂੰ ਫਿਲਮਾਂ ਬਾਰੇ ਕੁਝ ਨਹੀਂ ਪਤਾ um so anyways ਅਸੀ ਮੈਂ ਉੱਥੇ ਸੀਗੀ ਉਹਦੇ ਮਿਊਚੁਅਲ ਫਰੈਂਡ ਦੇ ਕਰੇ ਐਂਡ ਬਟ ਮੈਂ ਜਦੋਂ ਉਹਨੂੰ ਦੇਖਿਆ ਨਾ ਆਈ ਸਵਰਡ ਅ ਗਰਟ ਐਂਡ ਆਮ ਨਾਟ ਲਾਈਕ ਦਿਸ ਉਹ ਜੰਕਟੀਆਂ ਦੀ ਬਜਾ ਜਿਵੇਂ ਸ਼ੜਾ ਸੀਗਾ ਮੈਨੂੰ ਮੈਨੂੰ ਮਸੀ ਉਸ ਹੀ ਉਸ ਲਵ ਇਟ ਫॉर ਸਾਈਟ ਐਂਡ ਮੈਨੂੰ ਪਤਾ ਸੀ ਕਿ ਦਿਸ ਇਜ਼ ਮਾਈ ਹਸਬੰਡ ਤਾਂ ਫਿਰ ਚੰਨੋ ਹੋਈ ਕਿਉਂਕਿ ਤੁਸੀਂ ਆਲਰੇਡੀ ਪ੍ਰੈਗਨੈਂਟ ਸੀਗੇ ਸੋ ਉਸ ਹਾਲਾਤ ਚ ਫਿਲਮ ਕਰਨਾ ਤੇ ਉਹ ਆਪਣੇ ਆਪ ਚ ਇੱਕ ਵੱਡਾ ਚੈਲੰਜ ਸੀਗਾ ਤੁਹਾਨੂੰ ਲੋਕਾਂ ਨੂੰ ਲੱਗਦਾ ਹੈ ਬਟ ਮੈਂ ਨਾ ਡਿਲੀਵਰੀ ਤੱਕ ਅ ਵਰਕਆਊਟ ਕਰਦੀ ਰਹੀ ਹਾਂ ਰੋਜ਼ ਇਹ ਵੀ ਇੱਕ ਇੱਥੇ ਮਾਈ ਆਪਾ ਇੰਡੀਅਨਸ ਨੇ ਬਣਾਇਆ ਹੋਇਆ ਹੈ ਕਿ ਹਾਏ ਮਤਲਬ ਮੇਰੀ ਮਦਰ ਨਾਲ ਉਸ ਸੀ ਬੈਜ ਬੈਜ ਹੋ ਨਹੀਂ ਜਾਣਾ ਕਿ ਤੇ ਹੁਣ ਨਹੀਂ ਕੰਮ ਕਰਨਾ ਹੁਣ ਨਹੀਂ ਜਿਮ ਜਾਣਾ ਪੰਜੀਰੀ ਖਾ ਇਹ ਕੰਮ ਲਾਈਕ ਨੋ ਆਈ ਵਾਸ ਮਤਲਬ ਰੋਜ਼ ਹੀ ਮੈਂ ਜਿਮ ਕਰ ਰਹੀ ਸੀ ਐਂਡ ਮੇਰੀ ਪ੍ਰੈਗਨਸੀ ਇੰਨੀ ਸਮੂਥ ਸੀ ਕਈ ਵਾਰ ਚੰਨੋ ਚੰਨ ਨੂੰ ਕਹਿਣਾ ਪਿਆ ਵੀ ਤੂੰ ਪ੍ਰੈਗਨੈਂਟ ਆ ਪਲੀਜ਼ ਇੱਕ ਪ੍ਰੈਗਨੈਂਟ ਲੇਡੀ ਜਿਵੇਂ ਤੁਰਦੀ ਆ ਲਾਈਕ ਆਈ ਹੌਲੀ ਹੌਲੀ ਤੁਰ ਆਈ ਵਾਸ ਲਾਈਕ ਪਰ ਫੀਲਿੰਗ ਨਹੀਂ ਹੋ ਰਹੀ ਇਟਸ ਜਸਟ ਅਸੀਂ ਬਣਾਇਆ ਹੋਇਆ ਇਸ ਚੀਜ਼ ਨੂੰ ਮੈਂਟਲੀ ਫਿਰ ਤੁਸੀਂ ਚੰਨੋ ਕੀਤੀ ਚੰਨੋ ਤੋਂ ਬਾਅਦ ਤੁਸੀਂ ਵਾਪਸ ਆਏ ਆ ਲੌਂਗ ਲਾਚੀ ਜੀ ਆਲਰੇਡੀ ਕਿਉਂਕਿ ਤੁਸੀਂ ਇੱਕ ਮਦਰ ਬਣ ਚੁੱਕੇ ਸੀ ਆਲਰੇਡੀ ਇੱਕ ਸਵਾਲ ਸੀਗਾ ਕਿ ਮਾਂ ਬਣਨ ਤੋਂ ਬਾਅਦ ਹੀਰੋਇਨ ਕੌਣ ਹੀ ਦੇਖਣਾ ਚਾਹੂਗਾ ਹਨ ਉਸ ਟਾਈਮ ਆ ਕੇ ਤੁਸੀਂ ਇੱਕ ਇਹੋ ਜੀ ਫਿਲਮ ਚ ਰਿਸਕ ਹੋਰ ਲੈਨੇ ਹੋ ਜਿੱਥੇ ਇੱਕ ਰਾਈਟਰ ਡਾਇਰੈਕਟਰ ਹੀਰੋ ਬਣਦਾ ਹੈ तो भी कोई डर नहीं लगे डर बहुत लगे सो उस वक्त मेरे को कोई काम है नहीं सी है न मैं मैनू याद आ मैं संतोष जी का फोन आया मैं बस जिम करके हटी सी स्टाफ बक्स बैठी सी कॉफी पी रही सी एंड uh, नहीं से देखो सच्चाई तो यह कि कोई फिल्म ऑफर नहीं है और कुछ नहीं है एंड अंबरदीप मतलब बहुत वह राइटर आ डैक्टर आ वेरी टैलेंटेड आई अच्छी ओके ਉਹ ਤਾਂ ਹੈ ਐਕਟਰ ਹੀਰੋ ਐਂਡ ਹੀ'ਸ ਲਾਈਕ ਕਿਉਂਕਿ ਮੈਂ ਉਹਨਾਂ ਦਾ ਕੰਮ ਨਹੀਂ ਦੇਖਿਆ ਸੀ ਸ਼ਾਇਦ ਉਹਨਾਂ ਨੇ ਕੁਝ ਥੋੜੇ ਛੋਟੇ ਰੋਲ ਕੀਤੇ ਸੀ ਐਂਡ ਸੰਤੋਸ਼ ਜੀ ਕਹਿੰਦੇ ਕਿ ਮੈਂ ਉਹਨੂੰ ਦੇਖਿਆ ਉਹ ਜਦੋਂ ਨੈਰੇਸ਼ਨ ਦੇ ਰਹੇ ਸੀ ਲੋਗ ਇਲਾਚੀ ਦਾ ਕਦੇ ਇਲਾਚੀ ਬਣ ਕੇ ਖੜੇ ਹੋ ਜਾਂਦੇ ਸੀ ਕਦੇ ਮਹਿੰਗਾ ਬਣ ਕੇ ਕਦੀ ਮਾਂ ਬਣ ਕੇ ਹੀ'ਸ ਲਾਈਕ ਹੀ'ਸ ਮਤਲਬ ਉਦ ਦੇਖਣ ਵਾਲੀ ਚੀਜ਼ ਆ ਹੀ'ਸ ਸੋ ਟੈਲੈਂਟਡ ਮੈਂ ਬਸ ਇੰਨਾ ਕਿਹਾ ਕਿ ਜੇ ਫਿਲਮ ਨਾ ਚਲੀ ਮੇਰਾ ਇੰਸਟਾਗ੍ਰam ਅਕਾਊਂਟ ਬੰਦ ਮੈਨੂੰ ਤੁਸੀਂ ਮਤਲਬ ਮਿਲਣ ਆ ਜੀ ਬਟ ਮੈਂ ਨਹੀਂ ਫਿਰ ਆਂਡੀਆਂ ਕਮ ਕਨ ਐਂਡ ਹੀ ਸੈਡ ਮੇ ਨੇ ਪਲੀਜ਼ ਟਰਸ ਮੀ ਐਂਡ ਆਮ ਸੋ ਹੈਪੀ ਦੈਟ ਆਈ ਟਰਸਟਡ ਹਿਮ ਯੂ ਨੋ ਸੋ ਫਿਰ ਲੰਗ ਲਾਜੀ ਫਿਰ ਉਹਦੇ ਚੇਕ 1 ਬਿਲੀਅਨ ਵਾਲਾ ਗਾਣਾ ਆ ਹਾਂ ਜੋ ਕਿ ਕਦੀ ਸੋਚਿਆ ਹੀ ਨਹੀਂ ਸੀ ਕਿ ਸਲਾਤ ਅਸੀਂ ਸ਼ੂਟ ਕੀਤਾ 4 ਘੰਟੇ 4 ਘੰਟੇ ਉਹ ਇਹ ਦੋ ਦੋ ਤਿੰਨ ਡਾਂਸਰਸ ਲੈ ਕੇ ਪਰ ਗਾਣਾ ਇਨਾ ਸੋਹਣਾ ਸੀ ਇਨਾ ਪਿਆਰਾ ਸੀ ਪਤਾ ਨਹੀਂ ਆ ਮੀਨ ਕੀ ਕੀ ਸੀ ਉਸ ਗਾਣੇ ਚ ਜੋ ਕਿ ਇਟਸ ਜਸਟ ਲਾਈਕ ਏਵਰੀ ਕਲਚਰ ਏਵਰੀ ਲੈਂਗੁਏਜ ਦੇ ਲੋ ਯੂ نو ਉਸ ਗਾਣੇ ਨੂੰ ਅਪਰੀਸ਼ੀਏਟ ਕੀਤਾ ਫਿਰ ਉਸ ਤੋਂ ਬਾਅਦ ਤੁਸੀਂ ਫਿਰ ਬੇਬੀ ਪਲਾਨ ਕੀਤੇ ਹਾਂ अच्छा जी जदों जब भी मैं दिलजीत जी ना फिल्म कर नेक्स्ट सेकंड से फेल कर दिया कि चलो जी उन तो बचेगा अच्छा इस टाइम उदों की सी सरदार जी सरदार जी की थी देन फर्स्ट टाइम देयर आई डिड माय फर्स्ट हैड माय फर्स्ट बेबी फिर अपा शरगिन देन आई सेकंड प्रेगनेंसी सो या फिर सेकंड प्रेगनेंसी प्लान की थी एंड ट्विंस ਬਟ ਆਈ ਡੋਨਟ ਨੋ ਆਈ ਥਿੰਕ ਮਤਲਬ ਮੈਂ ਕਿਸੇ ਚੀਜ਼ ਦਾ ਸਟ्रेस ਨਹੀਂ ਲੈਂਦੀ ਮੈਂ ਹਰ ਚੀਜ਼ ਨੂੰ ਇੰਜੋਏ ਕਰਦੀ ਹਾਂ ਐਂਡ ਆਮ ਸੋ ਲੱਕੀ ਕਿ ਮੈਂ ਦੋਨੋਂ ਪ੍ਰੈਗਨਨਸੀਜ਼ ਦੇ ਵਿੱਚ ਹੁਣੋਂ ਫਿਲਮਾਂ ਦੇਖਦੇ ਹੋਏ ਨੇ ਮੰਮੀ ਉਹ ਮੈਂ ਆ ਮੈਂ ਇਹ ਆ ਮੈਂ ਖਾ ਤੂੰ ਤੂੰ ਵੀ ਮੇਰੇ ਨਾਲ ਹੀ ਸੀ ਸੋ ਇਟਸ ਅ ਬਿਊਟੀਫੁਲ ਐਕਸਪੀਰੀਅੰਸ ਤੁਹਾਡੀ ਬਚਪਨ ਦੀ ਜਰਨੀ ਤੁਹਾਡੇ ਮਾਮ ਐਂਡ ਨੇ ਸਟ੍ਰਿਕਟ ਸੀ ਤੁਹਾਡੇ ਨਾਲ ਪੜਾਈ ਐਨਸੀਸੀ ਕਥਕ ਥੀਏਟਰ ਕੈਨੇਡਾ ਫਿਰ ਛੋਟੇ ਛੋਟੇ ਰੋਲ ਤੇ ਫਿਰ ਆਈ ਸੁਫਨਾ ਸੋ ਕਿੱਥੇ ਸੀ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਸੀਂ ਸੁਫਨਾ ਕਰ ਰਹੇ ਹੋ ਉਦੋਂ ਮੈਂ ਗੁੱਡੀਆਂ ਪਟੋਲੇ ਕੀਤੀ ਹੋਈ ਸੀ ਐਂਡ ਆ ਡੋ ਨੋ ਦੋ ਮੇਰਾ ਨਾ ਬੈਕ ਐਂਡ ਫੋਰਥ ਇੰਡੀਆ ਕੈਨੇਡਾ ਇੰਡੀਆ ਕੈਨੇਡਾ ਐਨਾ ਚੱਲਦਾ ਸੀ ਪਰ ਮੈਨੂੰ ਇਹ ਪਤਾ ਵੀ ਜਿਸ ਦਿਨ ਮੈਂ ਸੁਫਨੇ ਦਾ ਪੋਸਟਰ ਅਪਲੋਡ ਕੀਤਾ ਸੀ ਉਦੋਂ ਨੂੰ ਤੇਨੇ ਫੋਲੋਅਰਸ ਵੀ ਹੈ ਨਹੀਂ ਸੀ ਕੁਝ ਪਤਾ ਨਹੀਂ ਸੀ ਗੁੱਡੀਆਂ ਪਟੋਲੇ ਕੀਤੀ ਸੀ ਮੈਂ ਬਹੁਤ ਰੋਈ 1.5 ਘੰਟਾ ਉਹ ਰੋਣਾ ਨਹੀਂ ਸੀ ਬੇਸਿਕਲੀ ਆਈ ਵਾਸ ਰੀਅਲੀ ਥੈਂਕਫੁਲ ਟੂ ਯੂਨੀਵਰਸ ਟੂ ਗੋਡ ਮੈਂ ਅੱਜ ਵੀ ਆਈ ਕੈਨ ਜਸਟ ਮੈਂ ਉਹ ਫੀਲ ਕਰ ਸਕਦੀ ਹਾਂ ਮੇਰੇ ਲਈ ਇੰਨਾ ਖੁਸ਼ੀ ਵਾਲਾ ਟਾਈਮ ਸੀ ਉਹ ਉਹ ਵਿਰਾਗ ਕਹਿ ਲੋ ਉਹ ਕੁਝ ਵੀ ਕਹਿ ਲੋ ਅ ਜੋ ਵੀ ਸੀ ਜਿਹੜਾ ਜਿੱਥੇ ਵੀ ਸੀ ਮੈਂ ਮੈਨੂੰ ਨਹੀਂ ਪਤਾ ਜੀਓਗ੍ਰਾਫਿਕਲੀ ਵੇਅਰ ਆਈ ਵਾਸ ਬਟ ਮੈਂ ਮੈਨੂੰ ਇੰਨਾ ਪਤਾ ਵੀ ਮੈਂ 1 ਘੰਟਾ ਰੋਈ ਸੀ ਉਹ ਪੋਸਟਰ ਅਪਲੋਡ ਕਰਕੇ ਹਜੇ ਜਦ ਕੀ ਪੋਸਟਰ ਅਪਲੋਡ ਤੋ ਬਹੁਤ ਟਾਈਮ ਸੀ ਸ਼ੂਟ ਨੂੰ ਪਰ ਮੈਨੂੰ ਇਹਨੂੰ ਐ ਲੱਗਦਾ ਸੀ ਵੀ ਇਸ ਤੋਂ ਵੱਧ ਖੁਸ਼ੀ ਕੀ ਹੀ ਹੋ ਸਕਦੀ ਹੈ ਧਰਤੀ ਤੇ ਵੀ ਮੈਨੂੰ ਮੈਨੂੰ ਲੱਗਦਾ ਸੀ ਵੀ ਬਸ ਮੈਂ ਦਿਸ ਇਜ਼ ਫਾਈਨਲ ਦੁਨੀਆ ਚ ਕਿਸੇ ਲਈ ਇਸ ਤੋਂ ਵੱਧ ਖੁਸ਼ੀ ਨਹੀਂ ਹੋਏਗੀ ਆਈ ਹੈਵ ਐਕਸਪੀਰੀਂਸਡ 댓 ਹੈਪੀਨੈਸ ਜਦੋਂ ਮੈਂ ਫਸਟ ਪੋਸਟਰ ਸੁਫਨਾ ਦੀ ਸਟੋਰੀ ਮੈਂ ਕਿਉਂ ਹੀ ਆਪਾਂ ਅਨਾਉਂਸ ਬਹੁਤ ਪਹਿਲਾਂ ਕੀਤੀ ਸੀਗੀ ਤੇ ਸ਼ੂਟ ਚ ਕਾਫੀ ਟਾਈਮ ਸੀਗਾ ਸੋ ਮੈਂ ਜਦੋਂ ਵੀ ਜਿਹੜੇ ਵੀ ਡਿਪਾਰਟਮੈਂਟ ਨੂੰ ਟੀਮ ਚ ਵੀ ਹੈਨਾ ਜਾਂ ਹੋਰ ਵੀ ਕਿਸੇ ਨੂੰ ਮਿਲਣਾ ਤਾਂ ਸੁਫਨਾ ਦੀ ਸਟੋਰੀ ਸੁਣਾਣੀ ਤੇ ਦੱਸਣਾ ਕਿ ਤਾਨਿਆ ਕਰੈਕਟਰ ਕਰ ਰਹੀ ਹੈ ਤਾਂ ਹਰ ਬੰਦੇ ਨੂੰ ਇੱਕ ਡਾਊਟ ਹੁੰਦਾ ਹਮਮ ਕਿ ਉਹ ਰਟਾ ਵੱਡਾ ਕਰੈਕਟਰ ਕਿਉਂਕਿ ਉਦੋਂ ਤੱਕ ਬਹੁਤ ਥੋੜੇ ਥੋੜੇ ਕੰਮ ਬਾਹਰ ਆਏ ਸੀਗੇ ਹੈਨਾ ਸੋ ਬਟ ਜਦੋਂ ਫਿਲਮ ਰਿਲੀਜ਼ ਹੋਈ ਚੀਜ਼ਾਂ ਬਦਲੀਆਂ ਸੋ मैं पाया दिए सी मैं मैं पता है मैनू ए प्रॉपर हर चीज़ पता है हर बंद ने पूछा वाहए तान्या एंड वेरी नोन पीपल टू मी जिन्ह मेरा काम भी वेख्या या चलो मैं तो अज भी मानती हूँ भी मैं नवी हाँ शायद नहीं वेखिया मैं किसी ने पर हर किसी ने एक वाए पाई सी वाह तान्या ਜਦੋਂ ਸੁਫਨਾ ਦੇ ਰਿਵਿਊਜ਼ ਆਏ ਸੀ ਨਾ ਮੇਰੀ ਬਹੁਤ ਥੱਲੇ ਇੰਸਟਾਗ੍ਰam ਤੇ ਇੱਕ ਪੋਸਟ ਪਈ ਹੋएगी ਸਾਰੇ ਮੇਰੇ ਰਿਵਿਊਰ ਵਿਊ ਦੇ ਫੋਟੋਸ ਖਿੱਚੇ ਐਸ ਅ ਪ੍ਰੂਫ ਤੇ ਮੈਂ ਸਾਰੇ ਰਿਵਿਊਜ਼ ਇਕੱਠੇ ਕਰਕੇ 10 ਕ ਫੋਟੋਆਂ ਇੱਕ ਟਾਈਮ ਦੇ ਪੈਂਦੀ ਮੈਂ 10 ਫੋਟੋਆਂ ਪਾਈਆਂ ਥੱਲੇ મેં ਲਿਖਿਆ so many people asked why tanya that's why tanya ਤੇ <laughs> ਮੈਂ i was i was aware ਨੂੰ ਪਤਾ ਸੀ ਬਹੁਤ سارے ਲੋਕ ਪੁੱਛਦੇ ਸੀ ਉਸ ਟਾਈਮ ਤੇ ਉਸ ਦਿਨ ਜਿਸ ਦਿਨ ਪ੍ਰੀਮੀਅਰ ਸੀ ਉਦੋਂ ਐਕਚੁਅਲੀ ਮੈਨੂੰ ਜਦੋਂ ਸਾਰਿਆਂ ਦੇ ਮੈਸੇਜ ਆਏ ਨਾ ਥੈਨ ਆਈ ਵਾਸ ਰੀਲੀ ਹੈਪੀ ਕਿ ਹੂੰ ਸਾਰਿਆਂ ਦਾ ਮੈਨੂੰ ਲੱਗਦਾ ਡਰ ਨਿਕਲ ਗਿਆ ਵੀ ਆਈ ਡਿਡ ਜਸਟਿਸ ਟੂ ਦੀ ਰੋਲ ਬਟ ਜੋ ਨਹੀਂ ਵੀ ਆਂਦੇ ਤਾਂ ਵੀ ਦਾ ਟਾਈਪ ਆਫ ਹਿਊਮਨ ਆਈ ਐਮ ਮੈਨੂੰ ਉਦੋਂ ਵੀ ਪਤਾ ਨਾ ਵੀ ਮੈਨੂੰ ਕੋਈ ਕਹਿੰਦਾ ਵੀ ਨਾ ਯੂ ਡਿਡ ਵੰਡਰਫੁਲ ਮੈਨੂੰ ਇਹ ਪਤਾ ਸੀ ਵੀ ਮੈਂ 100% ਦੇ ਕੇ ਆਈ ਸੋ ਇਟ ਵਾਸ ਥੈਟ ਅਸੀਂ ਇੱਕ ਚੀਜ਼ ਹੋਰ ਦੇਖੀਏ ਕਿ ਤੁਸੀਂ ਆਪਣੇ ਦਾਦੀ ਦੇ ਬਹੁਤ ক্লোਜ਼ ਸੀ ਦਾਦੇ ਦੇ ਬਹੁਤ ক্লোਜ਼ ਸੀ ਨਾਨੇ ਦੇ ਬਹੁਤ ক্লোਜ਼ ਸੀ ਮੈਂ ਸ਼ਾਇਦ ਕਦੇ ਵੀ ਡਾਇਰੈਕਟਰ ਰਾਈਟਰ ਨਾ ਬਣਦਾ ਜੇ ਮੈਂ ਮੇਰੀ ਦਾਦੀ ਨਾਲ ਜ਼ਿਆਦਾ ਟਾਈਮ ਸਪੈਂਡ ਨਾ ਕੀਤਾ ਹੁੰਦਾ ਮੇਰੀ ਦਾਦੀ ਮੈਨੂੰ ਬਹੁਤ ਕਹਾਣੀਆਂ ਸੁਣਾਉਂਦੀ ਸੀ ਮੇਰੀ ਦਾਦੀ ਨੂੰ ਗੱਲ ਕਰਨ ਦਾ ਆਪਣੀ ਗੱਲ ਰੱਖਣ ਦਾ ਸਟੋਰੀ ਟੈਲਿੰਗ ਮੇਰੀ ਦਾਦੀ ਦੀ ਬਹੁਤ ਵਧੀਆ ਹੈ ਸੋ ਉਹ ਕਿਤੇ ਨਾ ਕਿਤੇ ਅ ਬਰਿੰਗਿੰਗ ਮੇਰੀ ਉਹਨਾਂ ਨਾਲ ਹੋਈ ਹੈ ਤੇ ਉੱਥੋਂ ਹੀ ਇੱਕ ਟੈਲੈਂਟ ਕਹਿ ਲਓ ਜਾਂ ਜਿਹੜਾ ਪਾਲਿਸ਼ ਹੋਇਆ ਸੋ ਓਮੇ ਅਸੀਂ ਦੇਖਿਆ ਕਿ ਤੁਹਾਡੀ ਵੀ ਬਹੁਤ ਜ਼ਿਆਦਾ ਵਧੀਆ ਕੈਮਿਸਟਰੀ ਸੀ ਤੁਹਾਡੇ ਗ੍ਰੈਂਡਪੈਰੈਂਟਸ ਨਾਲ ਹਮ ਸੋ ਉਹ ਕਿਵੇਂ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਉਸ ਰਿਲੇਸ਼ਨਸ਼ਿਪ ਨੂੰ ਮੇਰੀ ਨਾ ਸਾਰੇ ਵੱਡਿਆਂ ਨਾਲ ਬਹੁਤ ਬੰਦੀ ਹੈ ਮੈਨੂੰ ਬਹੁਤ ਵਧੀਆ ਲੱਗਦਾ ਵੀ ਮੈਂ ਬਜ਼ੁਰਗਾਂ ਚ ਬੈਠਾ ਜਾਂ ਮੇਰੇ ਬੱਚਿਆਂ ਨਾਲ ਬੰਦੀ ਹੈ ਜਾਂ ਮੇਰੇ ਵੱਡਿਆਂ ਨਾਲ ਬੰਦੀ ਹੈ ਮੇਰੀ ਉਮਰ ਵਾਲੇ ਕੋਈ ਕੋਈ ਨਹੀਂ ਜਿਨ੍ਹਾਂ ਨਾਲ ਮੇਰਾ ਸੈੱਟ ਜਾ ਬੰਦਾ ਨਹੀਂ ਤੇ ਮੈਨੂੰ ਜਾਂ ਮੈਂ ਮੈਨੂੰ ਬੱਚਿਆਂ ਤੋਂ ਸ਼ਰਾਰਤਾਂ ਚਾਹੀਦੀਆਂ ਤੇ ਜਾਂ ਮੈਨੂੰ ਵੱਡਿਆਂ ਤੋਂ ਸਿਆਣਾ ਚਾਹੀਦੀ ਹੈ ਆਈ ਫੀਲ ਲਾਈਕ ਕਿ ਜਿਨ੍ਹਾਂ ਨੇ ਬਜ਼ੁਰਗਾਂ ਨਾਲ ਵਕਤ ਨਹੀਂ ਗੁਜ਼ਾਰਿਆ ਨਾ ਉਹਨਾਂ ਨੇ ਕੁਝ ਨਹੀਂ ਕੀਤਾ ਐਂਡ ਨਾਨੀ ਨਾਲ ਮੇਰੀ ਮੇਰੇ ਗ੍ਰੈਂਡਪੇਰੈਂਟਸ ਨਾਲ ਤਾਂ ਬੰਦੀ ਹੈ ਤਾਂ ਚਲੋ ਹੁਣ ਮੈਂ ਕਦੀ ਵੀ ਡਿਸਕਸ ਨਹੀਂ ਕੀਤਾ ਮੈਨੂੰ ਕਰੋ ਤੁਹਾਨੂੰ ਮੈਂ ਦੱਸਿਆ ਮਾਈ ਮਦਰ ਵਾਸ ਰੀਲੀ ਸਟ੍ਰਿਕਟ ਮਦਰ ਤੇ ਮੈਂ ਮੰਡੇ ਨੂੰ ਫਰਡੇ ਦਾ ਵੇਟ ਕਰਦੀ ਸੀ ਵੀ ਫਰਡੇ ਆਏ ਅੰਦਰੋਂ ਅੰਦਰੋਂ ਮੈਂ ਘਰ ਛੱਡ ਕੇ ਚਲ ਜਾਣਾ ਤੇ ਮੈਂ ਘਰ ਛੱਡ ਕੇ ਜਾਣਾ ਨਾਨੀ ਘਰ ਮੇਰਾ ਹੈ ਨਾ ਹੀ ਨਹੀਂ ਤੇ ਮੈਂ ਮੰਮੀ ਨੂੰ ਫਰਡੇ ਨੂੰ ਬੜੇ ਪਿਆਰ ਨਾਲ ਕਹਣਾ ਮੰਮੀ ਨਾਨੀ ਘਰ ਜਾਉ ਤੇ ਮੰਮੀ ਨੇ ਕਹਿਣਾ ਚਲੇ ਜਾ ਫਿਰ ਮੰਮੀ چھوڑੋ ਮੰਮੀ ਨੇ ਛੱਡਣਾ ਚਲੋ ਜਿਵੇਂ ਵੀ ਅਸੀਂ ਨਾਨੀ ਘਰ ਚੱਲ ਗਏ ਨਾਨੀ ਨੂੰ ਮੈਂ ਜਾ ਕੇ ਕਹਿਣਾ ਨਾਨੀ ਮੈਂ ਤੁਹਾਡੀ ਕੁੜੀ ਤੇ ਕਰ ਵਾਪਸ ਹੀ ਨਹੀਂ ਜਾਣਾ ਐਨਾ ਚਿੜਕਦੇ ਐਨਾ ਚਿੜਕਦੇ ਦੈਨ ਹਰ ਸੰਡੇ ਮੇਰੀ ਵਿਦਾਈ ਹੁੰਦੀ ਸੀ ਵਾਪਸ ਮੇਰੇ ਘਰ ਕਿਉਂਕਿ ਮੰਡੇ ਤੋਂ ਸਕੂਲ ਜਾਣਾ ਹੁੰਦਾ ਸੀ ਸੋ ਉਹ ਜੋ ਮੈਨੂੰ ਟਾਈਮ ਮਿਲਿਆ ਜਾਂ ਜਦੋਂ ਮੰਮੀ ਤੇ ਆਪਣੇ ਐਗਜ਼ਾਮਸ ਹੁੰਦੇ ਸੀ ਕੋਸ਼ ਤੁਸੀਂ ਮੀ ਐਂਡ ਮਾਈ ਸਿਸਟਰ ਯੂਸ ਟੂ ਸਟੇ ਵਿਦ ਮਾਈ ਗ੍ਰੈਂਡਪੈਰੈਂਟਸ ਐਂਡ ਆਵ ਰੀਲੀ ਸੀਨ ਥੈਮ ਉਹ ਸਵੇਰੇ ਬਜ਼ੁਰਗ ਵੀ ਸੀਗੇ ਤੇ ਆ ਸਾਨੂੰ ਸਕੂਲ ਵਾਂਚ ਚੜਾਣ ਜਾਣਾ ਮੇਰੇ ਨਾਨੂ ਨੇ ਨਾਨੀ ਨੇ ਸਵੇਰ ਸੇ ਰੋਟੀਆਂ ਬਣਾ ਕੇ ਦੇਣੀਆਂ ਵਿੱਚ ਆਚਾਰ ਪਾ ਕੇ ਦੇਨੇ ਮੈਨੂੰ ਉਹ ਐਫਰਟ ਬਹੁਤ ਮੈਨੂੰ ਐਕਸ਼ਨਸ ਸੱਚੀ ਬਹੁਤ ਛੋਟੇ ਹੁੰਦੇ ਤੋਂ ਇਫੈਕਟ ਕਰਦੇ ਆ ਵੀ ਕੌਣ ਮੇਰੇ ਲਈ ਕੀ ਕਰ ਰਿਹਾ ਨਹੀਂ ਵੀ ਕੋਈ ਬੋਲ ਕੇ ਦੱਸੇ ਆਈ ਆਲਵੇਸ ਕੀਪ ਐਂਡ ਆਈ ਕੌਣ ਕੀ ਕਰ ਰਿਹਾ ਅੱਜ ਦੇ ਟਾਈਮ ਅਸੀਂ ਜਿੰਨੇ ਵੀ ਵੱਡੇ ਹੋ ਗਏ ਇੱਕ ਜਣੇ ਦਾ ਵੀ ਕਰਨਾ ਹੋ ਜਾਣਾ ਤੇ ਹੈਵੀ ਲੱਗਦਾ ਯਾਰ ਕੀ ਕਰੀਏ ਉਹਨਾਂ ਨੇ ਕੀਤਾ ਯਾਰ ਜਿਹੜੇ ਵੀ ਆਪਣੇ ਗ੍ਰੈਂਡਚਿਲਡਰਨ ਦਾ ਵੀ ਕਰ ਰਿਹਾ ਹੈ ਜਾਂ ਕੁਝ ਵੀ ਹੈ ਇਟਸ ਰੀਅਲੀ ਸੈਲਫਲੈਸ ਦੇ ਆਰ ਨਾਟ ਆਸਕਿੰਗ ਫਾਰ ਐਨੀਥਿੰਗ ਇਨ ਰਿਟਰਨ ਇਟਸ ਜਸਟ ਦ ਲਵ ਥੈਟ ਦੇ ਆਰ ਗਿਵਿੰਗ ਅਸ ਜਿ세 ਉਹਦਾ ਵੀ ਰਿਗਾਰਡ ਨਹੀਂ ਕਰ ਸਕਦੇ ਫਿਰ ਅਸੀਂ ਜ਼ਿੰਦਗੀ ਚ ਕੁਝ ਨਹੀਂ ਕਰ ਸਕਦੇ ਉਹਨਾਂ ਨੇ ਤੁਹਾਡੀ ਕੋਈ ਫਿਲਮ ਦੇਖੀ ਸੀ ਉਹਨਾਂ ਜਦੋਂ ਸੀਗੇ ਜਦੋਂ ਤੁਸੀਂ ਸ਼ੂਟਿੰਗ ਸਟਾਰਟ ਕਰਤੀ ਸੀ ਮੈਂ ਮੈਂ ਉਹ ਮੈਂ ਆਈ ਸੀ ਆਈ ਥਿੰਕ ਮੇਰਾ ਸ਼ੂਟ ਹੋ ਚੁੱਕਾ ਸੀ ਫਿਰ ਜਦੋਂ ਬਿਮਾਰ ਸੀ ਮੈਂ ਉਦੋਂ ਆਈ ਸੀ ਐਂਡ ਆਈ ਰੀਅਲੀ ਵਿਸ਼ਡ ਕੀ ਹੁੰਦੇ ਤੇ ਉਹ ਫਿਲਮ ਵੇਖਦੇ ਬਟ ਨਹੀਂ ਇਸੇ ਹੋਤਾ ਬਟ ਆਮ ਰੀਅਲੀ ਹੈਪੀ ਮੇਰੇ ਨਾਨੀ ਨੇ ਫਿਲਮਾਂ ਵੇਖੀਆਂ ਐਟ ਲੀਸਟ ਵਨ ਆਫ ਮਾਈ ਗ੍ਰੈਂਡਪੈਰੈਂਟਸ ਸੋ ਵਾਟ ਵੀ ਡੂਇੰਗ ਹੁਣ ਮੇਰੇ ਨਾਨੀ ਨੂੰ ਅਹੀਂ ਲੱਗ ਰੰਦਾ ਵਿਆਹ ਕਰ ਲੈ कर लिया हूँम लाइक नानी फिल्मा वेख लो वो विखा सी ब्याह की मैं श्योरिटी नहीं देने <laughs> फिल्म दसो कि करा वो मैं कर दंगी बट नाउ शी इज इन टू दैट बट आई एम हैप्पी आई एम आई एम हैप्पी मेरे पेरेंट्स ने वेख्या आई एम ब्लैसड दैट दे आर विद मी टू सी माई जर्नी होर तो किसी कौन ही करता है आई जस्ट वर्क फॉर दैम ਤੁਹਾਡੀ ਫੈਮਿਲੀ ਇੱਕ ਬਿਜ਼ਨਸ ਫੈਮਿਲੀ ਹੈ ਨਾ ਤੁਹਾਡੇ ਪਾਪਾ ਬ੍ਰਦਰ ਤੇ ਆ ਸਾਰੀ ਪ੍ਰੋਸੈਸ ਚ ਉਹਨਾਂ ਦਾ ਕੁਝ ਗਾਈਡੈਂਸ ਜਾਂ ਉਹਨਾਂ ਨੇ ਕੁਝ ਕਿਹਾ ਕਿ ਕਿਉਂ ਪੰਗੇ ਲਈ ਜਾ ਰਹੀਆਂ ਨਹੀਂ ਵਰਕ ਕਰ ਰਿਆ ਜਾਂ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਉਹਨਾਂ ਦਾ ਪੁੱਠਾ ਹੁੰਦਾ ਲਾਓ ਚੱਕੋ 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 ਲਾਓ ਕਿੰਨੇ ਲਾਉਣੇ ਆ ਕਹਿੰਦੇ ਜਦ ਤੱਕ ਕਰੋਗੇ ਨਹੀਂ ਉਹ ਤੱਕ ਅੱਗੇ ਕਿਵੇਂ ਵਧੋਗੇ ਲਾਈਕ ਥਿਸ ਇਸ ਨਾਟ ਅ ਫੁੱਲ ਸਟਾਪ ਮੇਰੇ ਤਾਂ ਪਾਪਾ ਅੱਜ ਵੀ ਇਨੇ ਫਨੀ ਚੀਜ਼ਾਂ ਨੇ ਨਾ ਮਮਮੀ ਨੂੰ ਕਿਹਾ ਕੋਵਿਡ ਤੋਂ ਬਾਅਦ ਮੈਂ ਕਿਹਾ ਮੰਮੀ ਸੌਂਕਣ ਨੇ 8 ਕਰੋੜ ਕਰ ਲਿਆ ਇਹ ਉਹ ਅੱਜਕੱਲ ਤਾਂ ਉਹ ਤੋਂ ਹਿੰਦੀ ਫਿਲਮਾਂ ਕਦੋਂ ਕਰ ਰਿਹਾ ਸੀ ਕੋਵਿਡ ਖਤਮ ਹੋ ਗਿਆ ਸੀ ਕੋਈ ਫਿਲਮ ਹੀ ਨਹੀਂ ਕਰ ਰਹੀ ਸੀ ਪੰਜਾਬੀ ਫਿਲਮ ਕਰ ਗਈ ਸੀ ਇਹਨਾਂ ਤਾਂ ਮੈਂ ਕਿਹਾ ਅੱਜ ਤਾਂ ਐ ਹੀ ਮੈਂ ਕਹਿੰਦੀ ਜਿਆਦਾ ਖੁਸ਼ ਨਾ ਹੋ ਕਹਿੰਦੀ ਤੇਰੀ ਨੇ ਇੱਕ ਨੇ ਕੀਤਾ ਉਹਨਾਂ ਦੀ ਕਿੰਨੀਆਂ ਨੇ 200 200 ਕਰ ਲਏ ਚਲੋ ਅੱਗੇ ਕੰਮ ਕਰੋ ਮੈਂ ਕਿਹਾ ਚਾਹੀ ਮਾਰਦਾ ਮੇਰਾ ਕੁਛ ਹੀ ਮਾਰਤੀ ਮੇਰੀ ਬਟ ਉਹ ਬਹੁਤ ਲਾਈਕ ਉਹ ਰਿਸਕ ਲੈਣ ਨੂੰ ਕਦੇ ਰੋਕਦੇ ਨਹੀਂ ਹਾਂ ਬਟ ਉਹ ਬਾਰ-ਬਾਰ ਮੈਨੂੰ ਆਹ ਜ਼ਰੂਰ ਕਹਿੰਦੇ ਪਾਪਾ ਕਿ ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੀ ਤੂੰ ਡਿਸਕਸ ਮੋਰ ਵੀ ਵਿਲ ਗਿਵ ਯੂ অপਸ਼ਨਸ ਕਿ ਐਸੇ ਤੁਹਾਨੂੰ ਦੱਸਾਂਗੇ ਤਾਂ ਮਤਲਬ ਬਾਕੀਆਂ ਚੀਜ਼ਾਂ ਜਿਵੇਂ ਪਾਪਾ ਪੁਲਕੇ ਤਾਂ ਕਾਲ ਕਰਦੇ ਆ ਜਨਰੇਟਰ ਕਿਵੇਂ ਹੋਣਾ ਚਾਹੀਦਾ ਕਿਉਂਕਿ ਮੈਂ ਜਦੋਂ ਆਪਾਂ ਕੋਵਿਡ ਖਤਮ ਆਇਆ ਤਾਂ ਕਿਸੇ ਨੂੰ ਨਹੀਂ ਪਤਾ ਉਹ ਜੋ ਜਿਹੜੀ 250 ਦੀ ਲਿਸਟ ਸੀ ਨਾ ਮੈਂ ਉਹਦੇ ਪੁਆਇੰਟ 1 ਤੋਂ ਸ਼ੁਰੂ ਕੀਤਾ ਤੇ 30 ਡੇਸ ਚ ਮੈਂ ਉਹਨਾਂ 250 ਪੁਆਇੰਟਰਸ ਨੂੰ ਕਾਲ ਪਰਸਨਲੀ ਕੀਤਾ ਲਾਈਟਮੈਨ ਤੋਂ ਲੈ ਕੇ ਸਪੌਟ ਬॉय ਤੋਂ ਲੈ ਕੇ ਐਡਿਟ ਟੇਬਲ ਤੋਂ ਲੈ ਕੇ ਹਰ ਇੱਕ ਬੰਦੇ ਨੂੰ ਮੇਰਾ ਪਰਸਨਲ ਕਾਲ ਗਿਆ ਮੈਂ ਉਹਨਾਂ ਦੇ ਨਾਲ ਪਰਸਨਲ ਡੀਲ ਕੀਤੀ ਉਹਨਾਂ ਦੇ ਨਾਲ ਇੱਕ ਪਰਸਨਲ ਡੀਲ ਕਰੈਕ ਕੀਤੀ ਕਿ ਤੁਸੀਂ ਮੈਨੂੰ ਕਿੰਨੇ ਜਿੱਦੋਂਗੇ ਲਾਈਟਾਂ ਨਹੀਂ 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 ਕਿਉਂਕਿ ਚੰਡੀਗੜ੍ਹ ਸੀ ਪਹਿਲੀ ਵਾਰੀ ਹੋ ਰਿਹਾ ਸੀ ਮੁੰਬਈ ਤੋਂ ਲੱਭੀਆਂ ਚੰਡੀਗੜ੍ਹ ਤੋਂ ਲੱਭੀਆਂ ਤਾਂ ਹਰ ਪੁਆਇੰਟ ਨੂੰ ਮੈਂ ਇੱਕ ਦਿਨ ਸਵੇਰੇ ਪਾ ਫੜ ਲੈਂਦੀ ਸੀ ਕਿ ਅੱਜ ਮੈਂ ਅੱਜ 5 ਪੁਆਇੰਟ ਪੂਰੇ ਕਰਨੇ ਆ ਤੋਨ 5 ਪੁਆਇੰਟਸ 'ਚ ਮੈਂ 5 5 2 2 3 3 ਲੋਕਾਂ ਨੂੰ ਫੋਨ ਕਰਦੀ ਸੀ ਉਦੇ ਅੱਗੇ ਲਿਖਦੀ ਸੀ ਕਿ ਐਨੇ ਪੈਸੇ ਐਨੇ ਵੇਸੇ ਐਨੇ ਵੇਸੇ ਆਏ ਕਰਕੇ ਮੈਂ ਬਜਟ ਬਣਾਇਆ ਸਾਡੇ ਐਕਚੁਅਲੀ ਇੰਡਸਟਰੀ ਜਿੱਥੇ ਇਹ ਮੈਂ ਪਹਿਲਾਂ ਵੀ ਕਿਹਾ ਕਿ ਇਹ ਟਰਮ ਟੰਗ ਨਾਲ ਐਗਜ਼ਿਸਟ ਹੀ ਨਹੀਂ ਕਰਦਾ ਪ੍ਰੋਡਿਊਸਰਸ ਨੂੰ ਹਜੇ ਵੀ ਨੋਲੇਜ ਨਹੀਂ ਹੈ ਸੋ ਉੱਥੇ ਆ ਕੇ ਤੁਸੀਂ ਐਨਾ ਵਧੀਆ ਕੰਮ ਕੀਤਾ ਟੀਵੀ ਦਾ ਆਪਣਾ ਸੈਟਅਪ ਕੀਤਾ ਪਲੱਸ ਫਿਲਮਾਂ ਨਾਲ ਪ੍ਰੋਡਿਊਸ ਕੀਤੀਆਂ ਸੋ ਜਿਵੇਂ ਉਡਾਰੀਆਂ ਦੀ ਕਹਾਣੀ ਤੁਸੀਂ ਲਿਖੀ ਤਾਂ ਇਹ ਰਾਈਟਿੰਗ ਕਿਵੇਂ ਸਟਾਰਟ ਹੋਈ ਅਸੀਂ ਦੋ ਚਾਰ ਰਾਈਟਰਸ ਨੂੰ ਫੋਨ ਕੀਤਾ ਸੀ ਉਦੋਂ ਕੀ ਪਲੀਜ਼ ਲਿਖ ਦੋ ਲਿਖ ਦੋ ਲਿਖ ਦੋ ਤੇ ਉਹਨਾਂ ਨੇ ਕਿਹਾ ਕਿ ਕੱਲ ਮਿਲਦੇ ਆ ਪਰਸੋਂ ਮਿਲਦੇ ਆ ਕਿਸੇ ਨੇ ਲਿਖ ਕੇ ਨਹੀਂ ਦਿੱਤੀ ਅਸੀਂ ਉਹਨਾਂ ਨੂੰ ਕਿਹਾ ਸੀ ਅਸੀਂ 15 ਨੂੰ ਮੀਟਿੰਗ ਕਰਾਂਗੇ ਤਾਂ ਜਦੋਂ ਕਿਸੇ ਨੇ ਨਹੀਂ ਦਿੱਤੀ ਤਾਂ ਮੈਨੂੰ ਸੀਗਾ ਕਿ ਅਸੀਂ ਖਾਲੀ ਹੱਥ ਤਾਂ ਨਹੀਂ ਜਾ ਸਕਦੇ ਤਾਂ 14 ਰਾਤ ਨੂੰ ਮੈਂ 8 ਵਜੇ ਬੈਠੀ ਸਵੇਰੇ 4 ਵਜੇ ਤੱਕ ਲਿਖਦੀ ਰਹੀ ਮੈਂ ਲਿਖ ਲਿਆ ਮੈਨੂੰ ਲੱਗਿਆ ਕਿ ਅੱਛਾ ਆ ਪੋਸੀਬਲ ਆ ਕਿ ਮੈਂ ਲਿਖ ਸਕਦੀ ਆ ਮੈਂ ਆਪਣਾ ਦੂਸਰਾ ਸ਼ੋਅ ਲਿਖਿਆ ਉਹ ਵੀ ਐਂ ਲਿਖਿਆ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਦੂਜਾ ਸ਼ੋਅ ਕਰੋ ਮੈਂ ਕਿਹਾ ਕਿ ਦਿਨੀਆਂ ਮੈਂ ਲੋਕਾਂ ਨੂੰ ਪੁੱਛਿਆ ਪੁੱਛਿਆ ਕਿਸੇ ਨੇ ਨਹੀਂ ਦਿੱਤਾ ਮੈਂ ਕਿਹਾ ਓਕੇ ਕੁਝ ਤਾਂ ਦਿਮਾਗ 'ਚ ਗੱਲ ਹੈ ਉਹਨੂੰ ਲਿਖ ਲੈਣੇ ਤਾਂ ਹੁਣ ਮੈਂ ਐਜ਼ ਅ ਪ੍ਰੈਕਟਿਸ ਲਿਖਦੀ ਹਾਂ ਕਿ ਕਿਹੜੇ ਕਿਹੜੇ ਸ਼ੋਅ ਲਿਖਿਆ ਤੁਸੀਂ ਆਪ ਉਡਾਰੀਆਂ स्वर्ण ਘਰ ਜਨੂਨੀਅਤ ਦਾਲਚੀਨੀ ਹੁਣ ਜੜਾ ਆ ਰਿਹਾ ਬੱਦਲ ਤੇ ਪਾਉ ਹੈ ਤਾਂ ਸਾਰਿਆਂ ਦੀ ਸਟੋਰੀ ਆਪ ਲਿਖੀ ਇੱਕ ਚੀਜ਼ ਹੋਰ ਹੈ ਜੋ ਤੁਹਾਡੇ ਕੈਰੀਅਰ 'ਚ ਬਹੁਤ ਦੇਖਣ ਨੂੰ ਮਿਲਦੀ ਹੈ 뮤ਜ਼ਿਕ ਵੀਡੀਓ ਹਮ ਸੋ ਮਤਲਬ ਇੱਕ ਧਾਰਨਾ ਜੀ ਬਣੀ ਵੀ ਹੈ ਜੇ ਮੈਨੂੰ ਵੀ ਕੋਈ ਹੀਰੋਇਨ ਪੁੱਛੂਗੀ ਤਾਂ ਮੈਂ ਵੀ ਉਹਨੂੰ ਕਹਾਂਗਾ ਕਿ ਯਾਰ ਨਾ ਕਰ ਮਿਊਜ਼ਿਕ ਵੀਡੀਓ ਨਾ ਸੋ ਤੁਸੀਂ ਬੈਕ ਟੂ ਬੈਕ ਕਾਫੀ ਸਾਰੇ ਮਿਊਜ਼ਿਕ ਵੀਡੀਓ ਕੀਤੇ ਤੇ ਉਹ ਤੁਹਾਨੂੰ ਡਰ ਨਹੀਂ ਲੱਗਿਆ ਕਦੇ ਕਿ ਯਾਰ ਕੀ ਸੋਚ ਕੇ ਕਰ ਲੇ ਪਹਿਲੀ ਹਾਲੀ ਤੱਕ ਕਿਉਂਕਿ ਐਮੀ ਨੇ ਕਿਹਾ ਮੈਂ ਕਰ ਲਈ ਐਮੀ ਨੇ ਕਿਹਾ ਹਾਂ ਐਮੀ ਨੇ ਕਿਹਾ ਮੇਰਾ ਇੱਕ ਗਾਣਾ ਹੈ ਕਰੇਂਗੀ ਮੈਂ ਕਿਹਾ ਓਕੇ ਜੀ ਮੈਨੂੰ ਤਾਂ ਗ੍ਰਾਈਟ ਰੌਂਗ ਤਾਂ ਉਦੋਂ ਪਤਾ ਲੱਗੇ ਨਾ ਜੇ ਕਿਸੇ ਨਾਲ ਗੱਲ ਕਰੋ ਐਮੀ ਨੇ ਕਿਹਾ ਤੇ ਲਾਹੌਰੀ ਦੇ ਸ਼ੂਟ ਖਤਮ ਹੋਏ ਮੈਂ ਕਿ ਮੈਂ ਉਧਰੋਂ ਹੀ ਸਿੱਧਾ ਆ ਜੂਗੀ ਮੈਂ ਉਧਰੋਂ ਚਲੀ ਕਿ ਮੈਂ ਤਾਂ ਗਾਣਾ ਵੀ ਨਹੀਂ ਸੁਣਿਆ ਸੀ ਮੈਂ ਗਈ ਮੈਂ ਉੱਥੇ ਉਹ ਸ਼ੂਟ ਚੜਜਾ ਕੀਤਾ ਐਮੀ ਕਹਿੰਦਾ ਗਾਣਾ ਤਾਂ ਸੁਣ ਲੈ ਮੈਂ ਗਾਣਾ ਸੁਣੇ ਮੈਂ ਕਿ ਇੰਨਾ ਗੰਦਾ ਗਾਣਾ ਮੈਂ ਕਿ ਕੌਣ ਸੁਣੂਗਾ ਕਿਸਮਤ ਬਦਲਦੀ ਵੇ ਕੀ ਮੈਂ ਰੱਬ ਬਦਲਦਾ ਵੇ ਕਿਹਾ ਮੈਂ ਕਿ ਆ ਕੀ ਗਾਣਾ ਹੋਇਆ ਕਹਿੰਦਾ ਜਾਨੀ ਨੇ ਲਿਖਿਆ ਮੈਂ ਕਿ ਕੌਣ ਜਾਨੀ ਕੌਣ ਕਹਿ ਰਹਾ ਮੈਨੂੰ ਕੁਝ ਵੀ ਨਹੀਂ ਪਤਾ ਸੀ ਅੱਜ ਤੱਕ ਮੈਂ ਜਿਹੜੇ ਵੀ ਗਾਣੇ ਕੀਤੇ ਆ ਉਹ ਮੈਂ ਲਿਟਰਲੀ ਆਊਟ ਆਫ ਪੈਸਿਆਂ ਲਈ ਤਾਂ ਮੈਂ ਕੀਤੇ ਨਹੀਂ ਮੈਂ ਕਿਤੇ ਸਿਰਫ ਕੀ ਐਮੀਨੇ ਕਹਤਾ ਜਾਨੀ ਨੇ तितਲੀਆਂ ਲਈ ਕਹਿਆ ਸੀ ਯਾਨੀ ਉਹ ਤਾਂ ਮੈਂ ਤੁਹਾਨੂੰ ਵੀ ਦੱਸਿਆ ਸੀ ਕਿ ਜਾਨੀ ਨੇ ਕਿਹਾ ਕਿ तितਲੀਆਂ ਕਰ ਲੋ ਮੈਂ ਕਿਹਾ ਇੰਨਾ ਗੰਦਾ ਗਾਣਾ ਯਾਨੀ ਕਿੰਦਾ ਨਹੀਂ ਯਾਰ ਬਹੁਤ ਵਧੀਆ ਤੂੰ ਸੁਣਤਾ ਮੈਂ ਕਿਹਾ ਚੱਲ ਠੀਕ ਹੈ ਤੁਸੀਂ ਕਹਿ ਰਹੇ ਹੋ ਮੈਂ ਸੈਟ ਤੇ ਆ ਜਾਨੀ ਉਵੇਂ ਕੀਤਾ ਵੇਹਾਨੀਆਂ ਵੀ ਆਪਾਂ ਆਏ ਕੀਤਾ ਕਿ ਮੈਂ ਕਿਹਾ ਰ ਵਿਆਹ ਵਿਆਹ ਕਰਨਾ ਸੀ ਦੂਜੀ ਵਾਰੀ 10 ਸਾਲ ਦਾ ਉਹ ਤਾਂ ਹੋਇਆ ਨਹੀਂ ਚਲੋ ਕੁਝ ਰੀਲਾ ਰੂਲਾ ਸ਼ੂਟ ਕਰ ਲੈਨੇ ਆ ਕੁਝ ਵੈਡਿੰਗ ਫੋਟੋਸ ਕਰ ਲੈਨੇ ਆ ਸਾਡੀ ਵੈਡਿੰਗ ਦੀ ਫੋਟੋਸ ਤੇ ਵੀਡੀਓਜ਼ ਇੰਨੀ ਗੰਦੀਆਂ ਮੈਂ ਬਤਾ ਦੱਸ ਵੀ ਨਹੀਂ ਜਾਂਦੀ ਹੁਣ ਮੈਂ ਵੈਡਿੰਗ ਵੀਡੀਓਜ਼ ਦੇ ਦਿਆਂ ਨਾ ਲੋਕਾਂ ਦੀ ਮਨਉਦਾ ਮੇਰੀ ਕਿਹੋ ਜੀ ਆ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਸਾਡੀ ਕੋਈ ਵੈਡਿੰਗ ਦੀ ਇੱਕ ਫੋਟੋ ਘੱਟ ਜਿਵੇਂ ਨਹੀਂ ਲੱਗੀ ਹੋਈ ਸੋ ਮੈਨ ਲੱਗਿਆ ਕਿ ਆਪਾਂ ਉਹ ਕਰ ਲਾਂਗੇ ਕਰ ਤੇ ਗਰੋਂਦੇ ਮੈਨ ਲੱਗਿਆ 뮤직 ਲੇਬਲ ਹੀ ਲਾਂਚ ਕਰ ਲੈਨੇ ਆ ਚਲੋ ਗਾਣੇ ਸ਼ੂਟ ਕਰ ਲੈਨੇ ਸੋ ਆਈ ਥਿੰਕ 뮤직 ਵੀਡੀਓਜ਼ ਹੈਪਨ ਟੂ ਮੀ ਉਹ ਇੱਕ ਚੀਜ਼ ਆ ਜਿਹਦੇ ਲਈ ਮੈਂ ਵਰਕ ਨਹੀਂ ਕੀਤਾ ਉਹ ਮੇਰੇ ਲਈ ਹੋਈ ਆ ਉੱਥੋਂ ਲੈ ਕੇ ਤੁਸੀਂ ਇੱਕ ਕੁੜੀ ਜੋ ਆਪਣੇ ਫਾਦਰ ਨੂੰ ਕਹਿੰਦੀ ਹੈ ਕਿ ਮੈਂ ਬੰਬੇ ਜਾਣਾ ਸੋ ਇੱਥੋਂ ਤੱਕ ਦੀ ਤੁਹਾਡੀ ਜਰਨੀ ਹੈ ਹਨਾ ਕਦੇ ਤੁਸੀਂ ਆਪਣੇ ਫਾਦਰ ਨਾਲ ਉਹ ਮੋਮੈਂਟ ਰੀਲਿਵ ਕੀਤਾ ਕਿ ਮੈਂ ਤੁਹਾਨੂੰ ਐਂ ਕਹਿ ਕੇ ਗਈ ਸੀ ਐਂਡ ਆਈ ਹੈਵ ਡਨ ਇਟ ਨਹੀਂ ਮੌਕਾ ਨਹੀਂ ਮਿਲਿਆ ਐਕਚੁਅਲੀ ਕਿਉਂਕਿ ਚੰਨੋ ਦੇ ਦੌਰਾਨ ਅਮ ਕੈਂਸਰ ਨਾਲ ਡਾਇਗਨੋਸ ਹੋ ਗਈ ਸੀ ਸੋ अच्छा थोड़ा पता तो है जिम्मे पंजाबी पेरेंट्स आ कभी इन्नी शाबाशी तो देंदे नहीं है मैं मैनु हमेशा फ़ोन करके पूछना पैता कि ठीक लगी फिल्म क पहला नहीं कभी फोन ऑन <laughs> फिर जट एंड जूलीए सारिया फिल्म रिलीज हो जाए एंड एंड मेरे लिए लाइक like, मेरे फादर की ओपीनियन मतलब सब तो ज़्यादा अहमियत रखती द आई डोंट हैव बन एडियन हाउस अज भी मैंने लगता मैं जो भी करती हूँ आई होप के वो मेरे नाल ही ने एंड आई ऑलवेज थिंक के यू नो उन्हों का नाम मैं रोशन कर रही हूँ बाजवाग ਕਿ ਕਿਈ ਵਾਰ ਆਈ ਇਹ ਹੁੰਦਾ ਨਾ ਕਿ ਲੋਕੀ ਮੁੰਡੇ ਕਿਉਂ ਚਾਹੁੰਦੇ ਆ ਕਿਉਂਕਿ ਨਾਮ ਅੱਗੇ ਵਧੇ ਸੋ ਮੈਂ ਉਹਦਾ ਨਾਮ ਨਹੀਂ ਚੇਂਜ ਕੀਤਾ ਕਿਉਂਕਿ ਮੈਂ ਬਹੁਤ ਮਿਹਨਤ ਕੀਤੀ ਆ ਟਬੀਨੀ ਰਬਾਜਵਾ ਐਂਡ ਆਮ ਸੋ ਆਈ ਥਿੰਕ ਮੈਂ ਉਹਦਾ ਨਾਮ ਅੱਗੇ ਲੈ ਕੇ ਗਈ ਆ ਐਂਡ ਜਿੰਨੇ ਵੀ ਲੋਕ ਸੋਚਦੇ ਆ ਕਿ ਮੁੰਡਾ ਹੋਣਾ ਜ਼ਰੂਰੀ ਆ ਉਹ ਸਭ ਕੁਝ ਇੱਕ ਕੁੜੀ ਵੀ ਕਰ ਸਕਦੀ ਆ ਯੂ ਕੈਨ ਸਟਿਲ ਕੀਪ ਯਰ ਆਈਡੈਂਟੀਟੀ ਮੈਂ ਮਹਨਵਾਰੀਆ ਸਾਡੇ ਜਿਮਨੀ 4x4 ਰਾਉਂਡ ਦੀ ਇਹਦੇ ਚੱਸੀ ਤੁਹਾਡੇ ਤੋਂ ਫਟਾਫਟ ਕੁਝ ਸਵਾਲ ਪੁੱਛਾਂਗੇ ਓਕੇ ਤੁਸੀਂ ਫਟਾਫਟ ਆਨਸਰ ਦੇਣੀ ਠੀਕ ਹੈ ਪੰਜਾਬੀ ਇੰਡਸਟਰੀ ਚ ਤੁਹਾਨੂੰ ਸਭ ਤੋਂ ਮਿਹਨਤੀ ਆਰਟਿਸਟ ਕੌਣ ਲੱਗਦਾ ਯਾਰ ਤੁਸੀਂ ਇਹ ਕੀ ਹੋ ਗਿਆ ਫਟਾਫਟ ਥੋੜੀ ਦੱਸ ਸਕਨੇ ਆ ਰਾਮ ਨਾਲ ਦੱਸੋ ਕੋਈ ਨਹੀਂ ਸਾਰੇ ਆਰਟਿਸਟ ਬਹੁਤ ਮਿਹਨਤੀ ਆ ਨੋ 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 ਜਿਹੜਾ ਮਿਹਨਤੀ ਨਹੀਂਗਾ ਉਹ ਤੁਹਾਨੂੰ ਵਿਖ ਨਹੀਂ ਰਿਹਾ ਸਭ ਤੋਂ ਮਿਹਨਤੀ ਤੁਹਾਨੂੰ ਲੱਗਦਾ ਹੈ ਮਤਲਬ ਜਸਟ ਓਪੀਨੀਅਨ ਹੈ ਕੋਈ ਐਡਾ ਆਪਾਂ ਵੀ ਮੋਹਰ ਨਹੀਂ ਲਾ ਰਹੇ ਮੈਨੂੰ ਲੱਗਦਾ ਹੈ ਸਾਰੇ ਮਿਹਨਤੀ ਆਰ ਬਿਨਾ ਮਿਹਨਤ ਤੋਂ ਆਰਟਿਸਟ ਨਹੀਂ ਬਣ ਸਕਦੇ ਮੈਂ ਕਹਿੰਦਾ ਸਭ ਤੋਂ ਜਾਨ ਮੈਂ ਕਿਸੇ ਇੱਕ ਨੂੰ ਨਹੀਂ ਕ੍ਰੈਡਿਟ ਦੇ ਸਕਦਾ ਲਾਈਕ ਲਿਟਰਲੀ ਹੈਡ ਟੂ ਟੂ ਐਫਰਟ ਲੱਗਦਾ ਸਭ ਦਾ ਲੱਗਦਾ ਕੋਈ ਇੱਕ ਬੰਦਾ ਨਹੀਂ ਤੁਸੀਂ ਇਲੈਕਸ਼ਨ ਲੜੋਗੇ ਫਿਰ ਅੱਗੇ ਜਾ ਕੇ ਤਿੰਨ ਪੰਜਾਬੀ ਫਿਲਮਾਂ ਜੋ ਤੁਹਾਨੂੰ ਬਹੁਤ ਪਸੰਦ ਹੈ ਥੋਡੀਆਂ ਫਿਲਮਾਂ ਤੋਂ ਇਲਾਵਾ ਮ ਜਟਨ ਜੁਲੀਅਟ ਅਮ ਅਰਦਾਸ ਉਹ ਕਿ ਰਵਿਧੀਆ ਲੱਗੀ ਸੀ ਮੈਨੂੰ ਬਹੁਤ ਦੇਖਣ ਚ ਮੈਨੂੰ ਛੜਾ ਬਹੁਤ ਵਧੀਆ ਲੱਗੀ ਸੀ ਤੁਸੀਂ ਦਿਲਜੀਤ ਭਾਈ ਨਾਲ ਇੰਨਾ ਕੰਮ ਕੀਤਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਚ ਕੀ ਖਾਸ ਕੁਆਲਿਟੀ ਹੈ ਜਿਦੇ ਕਰਕੇ ਉਹ ਅੱਜ ਇੱਥੇ ਪਹੁੰਚੇ ਸੈਲਫ ਲਵ ਡੈਡੀਕੇਸ਼ਨ ਐਂਡ ਮਤਲਬ ਆਪਣੇ ਕੰਮ ਨੂੰ ਵਰਸ਼ਿਪ ਕਰਨਾ ਇਹ ਇਹ تین ਚੀਜ਼ਾਂ ਐਂਡ ਟੈਲੈਂਟ ਆਬਵੀਅਸਲੀ ਹੈ ਯਾ ਪਰ ਉਹ ਤਾਂ ਸਾਰਿਆਂ ਦੇ ਵਿੱਚ ਹੀ ਟੈਲੈਂਟ ਆ ਬਟ ਉਹ ਮਤਲਬ ਉਹ ਜਿਵੇਂ ਆਪਣੇ ਆਪ ਨੂੰ ਯੂ نو ਇੱਕ ਪ੍ਰੋਫੈਸ਼ਨਲੀ ਹੀ ਸੋ ਐਂਡ ਹੰਬਲਨੈਸ ਮਤਲਬ ਆਈ ਕੈਨ ਗੋ ਔਨ ਇੱਕ ਬਹੁਤ ਲੰਬੀ ਲਿਸਟ ਜੋ ਕਿ ਮੈਂ ਕਿਸੇ ਹੋਰ ਦੇ ਵਿੱਚ ਇਹ ਚੀਜ਼ਾਂ ਮੈਨੂੰ ਨਜ਼ਰ ਹੀ ਨਹੀਂ ਆਉਂਦੀਆਂ ਜੇ ਤੁਹਾਨੂੰ ਇੱਕ ਬਾਇਓਪਿਕ ਕਰਨ ਦਾ ਮੌਕਾ ਮਿਲਦਾ ਤਾਂ ਕਿਹਦੀ ਬਾਇਓਪਿਕ ਕਰੋਗੇ ਤੁਸੀਂ ਨੀਰੂ ਮੈਮ ਦੀ ਓਕੇ ਚਲ ਮੈਂ ਡਾਇਰੈਕਟ ਕਰਨੀ ਹੈ मैम हीरोइन भी रेडी है ਆਪਣੇ ਕੋਲੇ नीरू मैम ने कहा <laughs> <laughs> ना इधर ਜਾ ਮੈਂ ਨਹੀਂ ਕਰ ਸਕਦੀ ਆਪਣੀ ਬਾਇਓਪਿਕ ਪਰ નીਰુ મેમ ਮੈਂ करूंगी ਜੇਦੋ ਵੀ ਤੁਹਾਡੀ ਬਾਇਓਪਿਕ ਹੋਏਗੀ ਪਲੀਜ਼ ਗਿਵ ਮੀ ਦਿਸ ਰਾਈਟਰ ਵੀ ਹੋ ਗਿਆ ਡਾਇਰੈਕਟਰ ਵੀ ਹੋ ਗਿਆ ਹੀਰੋਇਨ ਵੀ ਹੋ ਗਈ ਪਲੀਜ਼ ਗਿਵ ਮੀ ਦਿਸ ਚਾਂਸ ਟੂ ਪਰਫੋਰਮ ਯੋਰ ਬਾਇਓਪਿਕ ਤੁਹਾਡੇ ਹਿਸਾਬ ਨਾਲ ਪੰਜਾਬੀ ਇੰਡਸਟਰੀ ਸਭ ਤੋਂ ਅੰਡਰਰੇਟਡ ਐਕਟਰ ਕੌਣ ਹੈ ਤੁਹਾਨੂੰ ਲੱਗਦਾ ਹੈ ਕਿ ਯਾਰ ਇਹ ਬੈਟਰ ਡਿਸਰਵ ਕਰਦਾ ਕੁੜੀ ਮੁੰਡਾ ਕੋਈ ਵੀ ਆਈ ਥਿੰਕ ਨਾ ਮੈਂ ਐਨੀ ਕਹੂੰਗੀ ਕਿ ਬਿੰਨੂਪਾ ਜੀ ਅੰਡਰਰੇਟਡ ਆ ਬਟ ਮੈਂ ਉਹਨਾਂ ਨੂੰ ਜਿਵੇਂ ਚੰਨੋ ਫਿਲਮ ਸੀਗੀ ਮੈਂ ਉਹਨਾਂ ਨੂੰ ਡਿਫਰੈਂਟ ਰੋਲਸ ਵਿੱਚ ਦੇਖਣਾ ਚਾਹਾਂਗੀ ਮਤਲਬ ਕਾਮੇਡੀ ਵਿੱਚ ਓਬਵੀਸਲੀ ਹੀ ਇਜ਼ ਕਿੰਗ ਆਫ ਕਾਮੇਡੀ ਪਰ ਉਸ ਤੋਂ ਇਲਾਵਾ ਮੈਨੂੰ ਲੱਗਦਾ ਹੈ ਕਿ ਉਹਨਾਂ ਵਿੱਚ ਮਤਲਬ ਕਾਫੀ ਕੁਝ ਹੈ ਜੋ ਕਰ ਸਕਦੇ ਆ ओके okay. जे ਤੁਸੀਂ ਇਹ ਸ਼ੋਅ ਹੋਸਟ ਕਰ ਰਹੇ ਹੁੰਦੇ ਤਾਂ ਮੈਂ ਕੁਝ ਸੈਲੀਬ੍ਰਿਟੀਜ਼ ਦੇ ਨਾਮ ਲਾਉਂਗਾ ਤੁਸੀਂ ਉਹਨਾਂ ਤੋਂ ਸਵਾਲ ਪੁੱਛਣਾ ਠੀਕ ਹੈ ओके ਗਿੱਪੀ ਗਰੇਵਾਲ ਐ ਤਾਂ ਮੈਂ ਸੋਚਿਆ ਹੀ ਨਹੀਂ ਸੀ ਵੀ ਤੁਸੀਂ ਸ਼ੋਅ ਚ ਐ ਵੀ ਕਰੋਗੇ ਤਾਂ ਕੁਝ ਵੀ ਤੁਹਾਨੂੰ ਮੌਕਾ ਹੈ ਗਿੱਪੀ ਗਰੇਵਾਲ ਤੋਂ ਤੁਸੀਂ ਕੁਝ ਵੀ ਸਵਾਲ ਪੁੱਛ ਸਕਦੇ ਹੋ ਫੋਟੋ ਸਾਹਮਣੇ ਆ ਗਈ ਮੇਰੇ ਐਂਡ ਹੀ ਇਜ਼ ਲੁਕਿੰਗ ਐਟ ਮੀ ਲਾਈਕ ਦਿਸ ਨਾ ਯਾਰ ਮੈਂ ਕੀ ਸਵਾਲ ਕਰ ਸਕਦੇ ਹਾਂ ਮੈਂ ਮੇਰੀ ਮੈਂ ਕਿਸੇ ਨਾਲ ਗੱਲ ਹੀ ਨਹੀਂ ਕਰ ਸਕਦੀ ਪਹਿਲੀ ਗੱਲ ਤੁਹਾਡੇ ਨਾਲ ਮੈਂ ਕਰ ਲਿਆ ਬਿਕੋਜ਼ I don't know you ਪਰ ਮੇਰੇ ਸਾਹਮਣੇ ਕੋਈ ਵੀ ਆਜੇ ਮੈਂ ਨਹੀਂ ਯਾਰ ਇੰਨਾ ਕੰਮ ਕਰਿਆ ਉਹਨਾਂ ਨੇ ਇੰਨੀਆਂ ਫਿਲਮਾਂ ਕਰੀਆਂ ਬੰਦਾ ਕੋਈ ਸਵਾਲ ਤਾਂ ਕਿਸੇ ਨੂੰ ਕਦੇ ਮਿਲੋਂਗੇ ਹਾਂ ਇੱਕ ਚੀਜ਼ ਮੈਂ ਪੁੱਛੂੰਗੀ ਅਵੀ ਹਾਊ ਡੂ ਯੂ ਗੈਟ 올 ਦਾ ਬਿਜ਼ਨਸ ਆਈਡੀਆਜ਼ ਲਾਈਕ ਹੰਬਲ ਕਿਡਸ ਹੰਬਲ ਫਿਲਮਸ ਹੰਬਲ 뮤직 ਕਿਡਸ ਦਾ ਤਾਂ ਮੈਂ ਵੀ ਨਹੀਂ ਸੋਚ ਸਕਦੀ ਸੀ ਅਰੇ ਕਿੰਨਾ ਵਧੀਆ ਸਵਾਲ ਹੈ ਸੋ ਸੋਨਮ ਬਾਜਵਾ ਹਾਊ ਸ਼ੀ ਮੈਨੇਜ ఎవਰੀਥਿੰਗ ਵਿਚ ਇਜ਼ ਵੈਰੀ ਆਰਗੇਨਾਈਜ਼ਡ ਗੁਰਨਾਮ ਪੁੱਲਰ ਮੈਨੂੰ ਵਿਆਹ ਤੇ ਕਿਉਂ ਨਹੀਂ ਬੁਲਾਇਆ ਇੱਕ ਤੁਹਾਡਾ ਕੋਈ ਇਹੋ ਜਿਹਾ ਰੋਲ ਤੁਹਾਡਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਯਾਰੀ ਮੈਂ ਔਰ ਬੈਟਰ ਕਰ ਸਕਦੀ ਸੀ ਓਨੈਸਟਲੀ ਮੈਂ ਹਰੇ ਕੈਰੈਕਟਰ ਦੇ ਨਾਲ ਫੁਲੀ ਸੈਟੀਸਫੈਕ ਕਿਉਂਕਿ ਮੈਨੂੰ ਪਤਾ ਮੈਂ ਜਦੋਂ ਸੈਟ ਤੇ ਹੁੰਨੀ ਆ ਮੈਂ ਕੰਮ ਤੇ ਹੁੰਨੀ ਤਾਂ ਮੈਂ ਆਵਦਾ 1000% ਦਿੰਨੀ ਆ ਨਾ ਮੈਂ ਆਪਦੀ ਫੈਮਿਲੀ ਦਾ ਫੋਨ ਚੱਕਦੀ ਆ ਨਾ ਮੈਨੂੰ ਕੋਈ ਯੂ نو ਪ੍ਰੋਬਲਮ ਆਈ ਡਿਸਟਰੈਕਟ ਕਰਦੀ ਆ ਮੈਂ ਸਭ ਕੁਝ ਪੁੱਲ ਕੇ ਪੂਰਾ ਆਵਦਾ ਧਿਆਨ ਆਵਦੇ ਕੰਮ ਤੇ ਦਿੰਨੀ ਆ ਬਟ ਇਹ ਤਾਂ ਹੋਇਆ ਕਿ ਜਦੋਂ ਮੈਂ ਫਿਲਮ ਦੇਖ ਰਹੀ ਹਾਂ ਤਾਂ ਮਿਲਦਾ ਆ ਚੇਂਜ ਹੋ ਸਕਦਾ ਸੀ ਮੇਰੀ ਗੱਲ ਨਹੀਂ ਸੁਣੀ ਮੇਰੀ ਗੱਲ ਨਹੀਂ ਸੁਣੀ ਸੋ ਇਹ ਚੀਜ਼ ਆ ਤੁਹਡੀ ਲਾਈਫ ਦਾ ਕੋਈ ਐਹੋ ਜਿਹਾ ਮੋਮੈਂਟ ਜਦੋਂ ਤੁਹਾਨੂੰ ਸੀ ਕਿ ਇਟਸ ਨੈਵਰ ਟਰਨ ਬੈਕ ਮੋਮੈਂਟ ਇਨ ਯਰ ਲਾਈਫ ਕਿ ਯਾਰ ਹੁਣ ਤਾਂ ਗੱਲ ਬਣ ਗਈ ਐ ਬਸ ਐ ਪਰਸੋ ਚੌਥੀ ਮੇਰਾ ਪੋਸਟਰ ਆ ਨਾ ਮੇਰਾ ਤੇ ਨੀਰੂ ਮੈਮ ਦਾ ਉਦੋਂ ਮੈਂ ਸੋਚਿਆ ਹੁਣ ਨਹੀਂ ਮੁੜਦੇ ਯਾਰ ਤੇ ਅੱਜ ਕੱਲ ਜਿਵੇਂ ਪੰਜਾਬ ਚ OTT ਚੋਪਾਲ ਦਾ ਬਹੁਤ ਵਧੀਆ ਪਲੇਟਫਾਰਮ ਹੈ ਜੇ ਤੁਹਾਨੂੰ ਛਪਾਲ ਤੇ ਕੋਈ ਵੈਬ ਸੀਰੀਜ਼ ਕਰਨੀ ਹੋਵੇ ਤਾਂ ਕਿਹੜੀ ਵੈਬ ਸੀਰੀਜ਼ ਵਰਗੀ ਤੁਸੀਂ ਇੱਕ ਵੈਬ ਸੀਰੀਜ਼ ਕਰਨਾ ਚਾਹੋਗੇ ਯਾਰ ਇੱਕ ਤੁਮ ਕੋਈ ਵੀ ਵੈਬ ਸੀਰੀਜ਼ ਕਿ ਹਾਂ ਯਾਰ ਕੋਈ ਵੀ ਥੋੜੀ ਵਧੀਆ ਚੂਜ਼ ਕਰਨੀ ਪੈਣੀ ਹੈ ਹਾਈ ਪ੍ਰੋਡਕਸ਼ਨ ਵੈਲਿਊ ਵਾਲੀ ਮੈਨ ਲਗਾਤਾ ਹੈ ਕੋਹਰਾ ਟਾਈਪ ਕਿਉਂਕਿ ਉਹ ਇੱਕ ਕੰਪਲੀਟਲੀ ਪੰਜਾਬ ਬੇਸਡ ਸ਼ੋ ਸੀ ਐਂਡ ਇਟ ਡਿਡ ਸੁਪਰ ਵੈਲ ਲੋਕਾਂ ਨੇ ਬਹੁਤ ਪਸੰਦ ਕੀਤਾ ਕਿਉਂਕਿ ਉਹਦੇ ਚ ਓਰੀਜਨੈਲਿਟੀ ਸੀ ਰੌਨੈਸ ਸੀ ਤਾਂ ਉਹ ਤਾਂ ਸਾਡੇ ਇੱਥੇ ਹੋ ਕੇ ਗਏ ਨੇ

ਸਾਡੀ ਇੰਡਸਟਰੀ ਚ ਕੁੜੀਆਂ ਦੀ ਲਾਈਫ ਬਹੁਤ ਆਸਾਨ ਹੈ। ਥੈਂਕ ਯੂ ਥੈਂਕ ਯੂ। ਬੀਇੰਗ ਅ ਫਰੈਂਡ ਹਨਾ ਮੈਂ ਤਾਂ ਤੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਬਟ ਓਨੈਸਟਲੀ ਮੈਨੂੰ ਵੀ ਨਹੀਂ ਲੱਗਦਾ ਸੀਗਾ ਕਿ ਤੂੰ ਇੰਨੀ ਵਧੀਆ ਪ੍ਰੋਡਿਊਸਰ ਬਣ ਸਕਦੀ। ਮਤਲਬ ਮੈਨੂੰ ਸੀਗਾ ਕਿ ਯਾਰ ਇਹ ਕਿਉਂ ਆਪਣੇ ਕੈਰੀਅਰ ਨਾਲ ਖਿਲਵਾੜ ਕਰ ਰਹੀ ਆ ਨਾ। ਕਿ ਐਕਟਿੰਗ ਵਧੀਆ ਮਿਲਿਆ ਵਾ ਪ੍ਰੋਫੈਸ਼ਨਲ ਇੰਡਸਟਰੀ ਚ ਪ੍ਰੋਡਕਸ਼ਨ ਚ ਬਚਦਾ ਕੀ ਆ ਹਨਾ ੱੱਕੇ ਆ ਗਾਲਾਂ ਆ ਇੰਨੀ ਜਦੋ ਜਿਹੇ ਦੇ ਇਹਨੂੰ ਕੀ ਲੋੜ ਕਰਨ ਦੀ। ਸੋ ਜੋ ਤੂੰ ਕਰਕੇ ਦਿਖਾਇਆ ਜਿੱਥੇ ਟੱਚ ਵੜਾ ਤੇਰੀ ਕੰਪਨੀ ਹੈ ਸੋ ਹੁਣ ਮੈਨੂੰ ਸਮਝ ਆਉਂਦਾ ਹੈ ਕਿ ਕੀ ਲੋਡ ਥੀ ਕਰਨ ਦੀ ਔਰ ਇਟਸ ਨਾਟ ਜਸਟ ਫੋਰ ਤੁਹਾਡੇ ਲਈ ਨਹੀਂਗਾ ਇਹ ਹੋਰ ਕਿੰਨੇ ਲੋਕਾਂ ਲਈ ਹੈ ਮਤਲਬ ਸਿਰਫ ਕੁੜੀਆਂ ਦੀ ਹੀ ਗੱਲ ਨਹੀਂ ਕਰੂੰਗਾ ਮੈਂ ਬੰਦਿਆਂ ਲਈ ਵੀ ਜੋ ਇੱਕ ਡਿਪਾਰਟਮੈਂਟ ਸਾਡੀ ਇੰਡਸਟਰੀ ਚ ਬਹੁਤ ਵਧੀਆ ਤਰੀਕੇ ਨਾਲ ਵਰਕ ਨਹੀਂ ਕਰ ਰਿਆ ਸੀਗਾ ਸੋ ਉਹ ਤੁਸੀਂ ਕਰਕੇ ਦਿਖਾਇਆ ਹੈ ਕਿ ਬਹੁਤ ਕੋਸ਼ਿਸ਼ ਹੈ ਜੇ ਤੁਸੀਂ ਕਰਨਾ ਚਾਹੋ ਤਾਂ ਹਰ ਤੁਹਾਡਾ ਸੁਪਨਾ ਰੱਬ ਪੂਰਾ ਕਰੇ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਆ ਕੇ ਥੈਂਕ ਯੂ ਸੋ ਮੈਂ ਕੋਸ਼ਿਸ਼ ਕਰਦਾ ਹੈ ਕਿ ਉਮੀਦ ਕਰਦਾ ਹੈ ਕੋਸ਼ਿਸ਼ ਤਾਂ ਚਲੋ ਨਹੀਂ ਕਿ ਸਾਡੀ ਇੰਡਸਟਰੀ ਚ ਕੁੜੀਆਂ ਡੀਓਪੀ ਬਿਯੋਂਡ ਡਾਇਰੈਕਟਰ ਬਿਯੋਂਡ ਸੋ ਜਿਵੇਂ ਕਲੀ ਜੋਟਾ ਹਰਿੰਦਰ ਨੇ ਲਿਖੀ ਹੈ ਯੈਸ ਸੋ ਕੁੜੀਆਂ ਜੈਸੀ ਉਸ ਚੀਜ਼ ਨੂੰ ਮਤਲਬ ਹਾਈਲਾਈਟ ਕਰਾਂਗੇ ਰਾਈਟ ਤਾਂ ਇਹ ਤਾਂ ਕੁੜੀਆਂ ਨੂੰ ਕੋਈ ਲੱਗੂਗਾ ਕਿ ਅਸੀਂ ਆ ਵੀ ਕਰ ਸਕਦੇ ਹਾਂ ਉਹ ਵੀ ਕਰ ਸਕਦੇ ਹਾਂ ਸੋ ਆਈ ਥਿੰਕ ਯਾ ਅਵੇਅਰਨੈਸ ਯੈਸ ਤੋ ਥੈਂਕ ਯੂ ਤੁਸੀਂ ਆਈ ਲੱਗੇ ਰਹੋ ਨਹੀਂ ਕਿ ਹੁਣੇ ਤਾਂ ਕਨਫਰਮ ਹੈ ਕਿ ਨੀਰੂ ਵਾਜਬਾ ਜਾਣਦੀ ਤਾਂ ਕਿਤੇ ਨਹੀਂ ਨਹੀਂ ਹਜੇ ਤਾਂ ਨਹੀਂ ਸੋ ਨਹੀਂ ਕਦੇ ਵੀ ਨਹੀਂ ਕਦੇ ਵੀ ਸਿਨ ਹਮੇਸ਼ਾ ਇੱਥੇ ਰੋਲ ਇੰਡਸਟਰੀ ਚ ਥੈਂਕ ਯੂ ਤੁਸੀਂ ਸਾਨੂੰ ਇਨਸਪਾਇਰ ਕਰਦੇ ਹੋ ਥੈਂਕ ਯੂ so much ਥੈਂਕ ਯੂ ਗੋ ਬਲੈਸਡ ਥੈਂਕ ਯੂ ਥੈਂਕ ਯੂ ਫੇਵਰਿਟ ਪੰਜਾਬੀ ਵੀਡੀਓ ਮਾ ਅਤੇ ਸ਼ੋਜ਼ ਦੇਖਣ ਲਈ ਸਬਸਕ੍ਰਾਈਬ ਕਰੋ ਪਿਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ